ਹਰੇਕ ਬੱਚੇ ਨੇ 1, 2, 3 ਤੇ ABC ਸਿੱਖ ਲੈਣੀ ਆ ਜੀ। ਸਾਡਾ ਫੋਕਸ ਹੋਣਾ ਸੈਲਫ ਹੈਲਪ ਸਕਿੱਲਸ, ਪੋਟੀ ਟ੍ਰੇਨਿੰਗ, ਕੀ ਮੇਰਾ ਬੱਚਾ ਖੁਦ ਸ਼ੂ ਪਾ ਸਕਦਾ ਆ। 2-2 ਸਾਲ ਦੇ ਬੱਚੇ ਪਾ ਲੈਂਦੇ ਆ, ਆਪਣੇ ਬੱਚੇ ਨੂੰ ਆਟਾ ਦੇ ਦੋ ਥੋੜਾ ਜਿਹਾ, ਹੈ ਨਾ, ਪਲੇਟ ਦੇ ਕੇ, ਉਹ ਸੈਂਸਰੀ ਪਲੇ ਆ, ਉਹ ਹੱਥਾਂ ਦੇ ਨਾਲ ਟੱਚ ਕਰ ਰਿਹਾ, ਸੋਫਟ ਆ, ਹੈ ਨਾ। ਆਪਾਂ ਉੱਥੇ ਇੰਡੀਆ ਆਪਾਂ ਕਿੰਨੇ ਸੋਹਣਾ ਰੇਤੇ ਨਾਲ ਖੇਡਦੇ ਹੁੰਦੇ ਸੀ ਜੀ, ਗਾਰੇ 'ਚ ਖੇਡਦੇ ਹੁੰਦੇ ਸੀ, ਪਾਣੀ 'ਚ ਖੇਡਦੇ ਹੁੰਦੇ ਸੀ। ਆਪਣੇ ਬੱਚੇ ਲਈ ਉਹ ਐਕਸਪੀਰੀਅੰਸਿਸ ਕ੍ਰੀਏਟ ਕਰੋ, ਕਿਉਂਕਿ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹਦੇ ਇਮੋਸ਼ਨਸ ਨੂੰ ਰੈਗੂਲੇਟ ਕਰਨ ਦੇ ਲਈ। ਜ਼ਿਆਦਾਤਰ ਅਗਰ ਅਸੀਂ ਦੇਖਦੇ ਹਾਂ ਜਿਹੜੇ ਬੱਚਿਆਂ ਨੂੰ ਐਂਗਰ ਇਸ਼ੂਜ਼ ਨੇ ਜਾਂ ਇੰਪਲਸ ਕੰਟਰੋਲ ਲਈ ਸਟਰਗਲ ਕਰਦੇ ਆ, ਸੋਸ਼ਲ ਇਮੋਸ਼ਨਲ ਸਕਿੱਲਸ ਲਈ ਸਟਰਗਲ ਕਰਦੇ ਆ, ਅਸੀਂ ਉਹਨਾਂ ਨੂੰ ਸੈਂਸਰੀ ਪਲੇ ਬਹੁਤ ਜ਼ਿਆਦਾ ਦਿੰਦੇ ਹਾਂ। ਮੈਂ ਬਹੁਤ ਵੱਡੀ ਫੈਨ ਹਾਂ ਮੈਸੀ ਪਲੇ ਦੀ। ਆਪਣੇ ਬੱਚਿਆਂ ਨੂੰ ਸਮ ਹਾਓ ਉਹ ਦੁਬਾਰਾ ਰੇਤਾ, ਹੈ ਨਾ, ਆਪਣੇ ਬੈਕਯਾਰਡ ਦੇ ਵਿੱਚ ਉਹਨਾਂ ਨੂੰ ਤੁਸੀਂ ਸੰਭਾਲ ਨਹੀਂ ਪਾ ਰਹੇ, ਉਹ ਤੁਹਾਡੀ ਸੁਣ ਨਹੀਂ ਪਾ ਰਹੇ, ਉਹਨਾਂ 'ਚ ਜ਼ੋਰ ਇੰਨਾ ਜ਼ਿਆਦਾ ਆ ਜਾਂਦਾ, ਬੱਚਿਆਂ ਥੱਲੇ ਫਰਸ਼ 'ਤੇ ਪੈ ਜਾਂਦੇ ਆ, ਉਹ ਨਿੱਕਾ ਜਿਹਾ 3 ਸਾਲ ਦਾ ਨਿਆਣਾ ਇਕੱਠਾ ਹੀ ਨਹੀਂ ਹੁੰਦਾ ਸਾਡੇ ਕੋਲੋਂ, ਅਸੀਂ ਐਡਰੈਸ ਉਹਨੂੰ ਚੱਕ ਨਹੀਂ ਸਕਦੇ। ਅਸੀਂ ਜਦੋਂ ਬੱਚਾ ਟੈਂਟਰਮ ਕਰ ਰਿਹਾ ਹੁੰਦਾ, ਅਸੀਂ ਐਜ਼ ਐਡਲਟਸ ਅਸੀਂ ਬਹੁਤ ਘਬਰਾ ਜਾਂਦੇ ਹਾਂ ਕਿ ਸਾਨੂੰ ਹੁਣ ਜੱਜ ਕਰਨਗੇ ਲੋਕ, ਹਾਂ, ਆਲੇ ਦੁਆਲੇ ਦੇ ਲੋਕਾਂ ਦੀ ਫਿਕਰ ਪੈ ਜਾਂਦੀ ਹੈ। ਤੁਸੀਂ ਬਾਉਂਡਰੀ ਰੱਖੀ ਆ ਕਿ ਅਗਰ ਤੁਸੀਂ ਇੱਕ ਟੋਏ ਲੈਣਾ ਆ, ਹੈ ਨਾ, ਅਤੇ ਆਪਾਂ ਇੱਕ ਟੋਏ ਹੀ ਲੈਣਾ, ਅਗਰ ਤੁਸੀਂ ਜ਼ਿਆਦਾ ਟੋਏ ਮੰਗਣ ਦੀ ਕੋਸ਼ਿਸ਼ ਕਰੋਗੇ ਤਾਂ ਨੈਕਸਟ ਟਾਈਮ ਤੁਸੀਂ ਮੰਮਾ ਨਾਲ ਨਹੀਂ ਆ ਸਕਦੇ। ਹੁਣ ਤੁਹਾਡੇ ਬੱਚੇ ਨੂੰ ਪਤਾ ਲੱਗ ਗਿਆ ਕਿ ਮੰਮਾ ਜਾਂ ਡੈਡਾ ਨੇ ਆਪਣੇ ਗਰਾਊਂਡਸ, ਉਹਨਾਂ ਨੇ ਉੱਥੇ ਰਹਿਣਾ ਹੈ ਆਪਣੇ ਵਰਡਸ ਦੇ ਉੱਤੇ। ਜੇ ਮੈਂ ਟੈਂਟਰਮ ਕਰਕੇ ਮੈਂ ਜਿੱਤ ਗਿਆ, ਹਾਂ, ਜੇ ਅੱਜ ਮੈਂ 5 ਮਿੰਟ ਦਾ ਟੈਂਟਰਮ ਕਰਕੇ ਜਿੱਤ ਗਿਆ, ਕੱਲ ਨੂੰ ਮੇਰਾ ਟੈਂਟਰਮ 10 ਮਿੰਟ ਦਾ ਹੋਊਗਾ, ਕਿਉਂਕਿ ਮੈਨੂੰ ਪਤਾ ਆ ਮੈਂ ਜਿੱਤ ਜਾਣਾ। ਅਤੇ ਜਦੋਂ ਪੇਰੈਂਟਸ ਇਕੱਠੇ ਬੈਠੇ ਹੁੰਦੇ ਆ ਤਾਂ ਉਹ ਜਦੋਂ ਕੰਪੈਰੀਜ਼ਨ 'ਚ ਆਉਂਦੇ ਆ, ਇਹ ਬਹੁਤ ਨੈਗੇਟਿਵ ਇੰਪੈਕਟ ਆ। ਮੇਰੇ ਪੇਰੈਂਟਸ ਨੂੰ ਮੈਨੂੰ ਛੱਡ ਕੇ ਕਿਸੇ ਹੋਰ ਦੇ ਬੱਚੇ ਦਾ ਪ੍ਰਾਈਡ ਲੈ ਰਹੇ ਨੇ, ਤਾਂ ਮੈਨੂੰ ਸੈਲਫ ਡਾਊਟ ਆਊਗਾ ਕਿ ਮੈਂ ਸ਼ਾਇਦ ਗੁੱਡ ਇਨਫ ਨਹੀਂ ਹੈਗਾ। ਬੱਚੇ ਦੇ ਇਨੀਸ਼ੀਅਲ ਈਅਰਸ ਦੀ, 6 ਸਾਲ ਤੱਕ ਦੀ ਉਮਰ ਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਹਾਲੇ ਤਾਂ ਬੱਚੇ ਨੂੰ ਕੁਛ ਪਤਾ ਨਹੀਂ, ਅੱਛਾ 5 ਸਾਲ ਦੇ ਹੋਊਗੇ ਤਾਂ ਕਿੰਡਰਗਾਰਟਨ ਜਾਊਗੇ, ਪਰ ਉਹ ਮੋਰਲੇ ਹਿੱਸੇ ਦੇ ਕੁਝ ਸਾਲ ਜਿਹੜੇ ਆ ਕਿੰਨੇ ਅਹਿਮੀਅਤ ਰੱਖਣ ਵਾਲੇ ਨੇ, ਇਹਦੇ ਬਾਰੇ ਅੱਜ ਦੇ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਗੱਲ ਕਰਾਂਗੇ। ਅਤੇ ਮੇਰੇ ਨਾਲ ਜਸਕਿਰਨ ਕੌਰ ਸ਼ਾਮਿਲ ਹੋ ਰਹੇ ਨੇ, ਜਿਹੜੇ ਕਿ ਅਰਲੀ ਚਾਈਲਡਹੁੱਡ ਐਜੂਕੇਟਰ ਨੇ, ਵਿਲੋਬ੍ਰੇ ਅਕੈਡਮੀ ਦੇ ਨਾਲ ਕੰਮ ਕਰਦੇ ਨੇ, ਮੋਰ ਦੈਨ 13 ਈਅਰਸ ਇਹਨਾਂ ਨੂੰ ਹੋ ਗਏ ਇਸ ਫੀਲਡ ਦੇ ਵਿੱਚ। ਜਸਕਿਰਨ, ਤੁਹਾਡਾ ਸਵਾਗਤ। ਥੈਂਕ ਯੂ ਸੋ ਮੱਚ ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰੀਏ, ਵੈਨ ਇਟ ਕਮਸ ਟੂ ਕਿਡਸ, ਹਰ ਇੱਕ ਬੱਚਾ ਜਿਹੜਾ ਉਹ ਡਿਫਰੈਂਟ ਆ। ਬਿਲਕੁਲ। ਅਰਲੀ ਈਅਰਸ ਜਿਹੜੇ ਆ ਉਹ ਕਿਹੜੇ, ਕਿਸ ਤਰ੍ਹਾਂ ਦੇ ਨਾਲ ਤੁਸੀਂ ਡਿਫਾਈਨ ਕਰਦੇ ਹੋ ਐਜ਼ ਐਨ ਐਕਸਪਰਟ, ਅਤੇ ਕਿੰਨੇ ਇੰਪੋਰਟੈਂਟ? ਅਰਲੀ ਈਅਰਸ ਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਦੇ ਬਰਥ ਤੋਂ ਲੈ ਕੇ 6 ਸਾਲ ਦੀ ਉਮਰ ਹੈ, ਉਹਨੂੰ ਅਸੀਂ ਅਰਲੀ ਈਅਰਸ ਕਹਿ ਦਿੰਦੇ ਹਾਂ। ਇਹ ਜ਼ਰੂਰੀ ਨੇ ਕਿਉਂਕਿ ਜਿਹੜਾ ਸਾਡਾ ਬ੍ਰੇਨ ਆ, ਤੁਸੀਂ ਗੱਲ ਕੀਤੀ, ਕੁਛ ਕੁ ਚੀਜ਼ਾਂ ਜਿਹੜੀਆਂ ਅਸੀਂ ਪਲੈਨਡ ਕੀਤੀਆਂ, ਕੁਛ ਕੁ ਚੀਜ਼ਾਂ ਅਸੀਂ ਅਨਪਲੈਨਡ ਕੀਤੀਆਂ, ਹੈ ਨਾ। ਉਹ ਜਿਹੜੀਆਂ ਚੀਜ਼ਾਂ ਅਸੀਂ ਕੀਤੀਆਂ ਉਹ ਕਾਹਤੋਂ ਬੱਚਿਆਂ ਦੀ ਮੈਮਰੀ ਦੇ ਵਿੱਚ ਚਲੇ ਜਾਂਦੀਆਂ ਨੇ? ਕਿਉਂਕਿ ਉਹ ਬ੍ਰੇਨ ਡਿਵੈਲਪਮੈਂਟ ਦਾ ਹਿੱਸਾ ਨੇ। ਸਾਡੇ ਬ੍ਰੇਨ ਦੇ ਵਿੱਚ ਨਿਊਰੋਨਸ ਨੇ, ਜਿਹੜੇ ਨਿਊਰੋਨਸ ਨੇ ਉਹ ਸੈੱਲ ਹੁੰਦੇ ਨੇ ਜਿਹੜੇ ਆਪਣੀ ਸਾਰੀ ਬਾਡੀ ਨੂੰ ਸਿਗਨਲ ਭੇਜਦੇ ਨੇ। ਹੁਣ ਉਹ ਅੱਗੇ ਬਹੁਤ ਜ਼ਿਆਦਾ ਡਿਟੇਲ 'ਚ ਆਪਾਂ ਨਹੀਂ ਜਾਵਾਂਗੇ, ਪਰ ਜਿਹੜੇ ਇਹ ਪਹਿਲੇ 6 ਸਾਲ ਨੇ, ਇਹ ਨਿਊਰੋਨਸ ਇੰਨੀ ਤੇਜ਼ੀ ਨਾਲ ਬਣਦੇ ਨੇ, ਅਤੇ ਹੁਣ ਇਹ ਸਾਇੰਟੀਫਿਕ ਐਵੀਡੈਂਸ ਆ ਕਿ ਆਪਣੀ ਰਹਿੰਦੀ ਉਮਰ ਤੱਕ ਜਿੰਨੀ ਆਪਣੀ ਬ੍ਰੇਨ ਦੀ ਡਿਵੈਲਪਮੈਂਟ ਹੋਣੀ ਹੁੰਦੀ ਆ ਉਹ ਪਹਿਲੇ 6 ਸਾਲ 'ਚ ਹੋ ਜਾਂਦੀ ਹੈ ਜੀ। 80-90% ਜਿਹੜਾ ਆਪਣਾ ਬ੍ਰੇਨ ਆ ਉਹ ਪਹਿਲੇ 6 ਸਾਲਾਂ ਦੇ ਵਿੱਚ ਬਣ ਚੁੱਕਿਆ। ਕੁਛ ਐਕਸਪੀਰੀਅੰਸ ਜਿਹੜੇ ਆਪਾਂ ਬੱਚੇ ਦੇ ਲਈ ਖੁਦ ਤਿਆਰ ਕੀਤੇ, ਕੁਛ ਜੋ ਖੁਦ ਵੀ ਖੁਦ ਹੋ ਗਈ, ਹੈ ਨਾ, ਕੁਦਰਤੀ ਹੋ ਗਈ। ਬਟ ਹੁਣ ਸੋਚਣ ਵਾਲੀ ਚੀਜ਼ ਇਹ ਹੈ, ਅਸੀਂ ਵੱਡੇ ਹੋ ਕੇ ਕਿੱਦਾਂ ਕਿਹੜੀ ਸਿਚੁਏਸ਼ਨ 'ਤੇ ਰਿਐਕਟ ਕਰਦੇ ਹਾਂ ਉਹਦੀ ਨੀਵ ਆਲਰੇਡੀ ਰੱਖੀ ਜਾ ਚੁੱਕੀ ਆ ਇਹ ਪਹਿਲੇ 6 ਸਾਲਾਂ ਦੇ ਵਿੱਚ। ਇਹਦੀ ਨੀਵ ਰੱਖੀ ਜਾ ਚੁੱਕੀ ਹੈ, ਮੈਂ ਵੱਡਾ ਹੋ ਕੇ ਕਿੱਦਾਂ ਸਿੱਖੂੰਗਾ, ਕਿਸ ਸਥਿਤੀ ਦੇ ਵਿੱਚ ਕਿੱਦਾਂ ਰਿਐਕਟ ਕਰੂੰਗਾ, ਹੈ ਨਾ, ਮੇਰੀ ਹੈਲਥ ਕਿੱਦਾਂ ਦੀ ਹੋਊਗੀ, ਇਹ ਸਾਰੀ ਨੀਵ ਜਿਹੜੇ ਪਹਿਲੇ 6 ਸਾਲ ਨੇ ਉਹਨਾਂ 'ਚ ਰੱਖੀ ਜਾਂਦੀ ਹੈ। ਤਾਂ ਹੀ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ 'ਤੇ ਫੋਕਸ ਕਰੀਏ ਅਤੇ ਉਹਨਾਂ ਨੂੰ ਧਿਆਨ ਨਾਲ ਦੇਖੀਏ ਕਿ ਕਿੱਥੇ ਉਹਨਾਂ ਨੂੰ ਹੈਲਪ ਦੀ ਲੋੜ ਹੈਗੀ ਆ, ਕਿੱਥੇ ਅਸੀਂ ਪਰਸਨਲੀ ਹੁਣ ਜਾਣ ਬੁੱਝ ਕੇ ਕੁਛ ਐਕਸਪੀਰੀਅੰਸ ਕ੍ਰੀਏਟ ਕਰਨਾ, ਕਿਉਂਕਿ ਉੱਥੇ ਸਾਡੇ ਬੱਚੇ ਨੂੰ ਮਦਦ ਦੀ ਲੋੜ ਹੈ, ਅਤੇ ਕੁਛ ਕੁ ਚੀਜ਼ਾਂ ਉਹਨਾਂ ਨੂੰ ਐਡਵਾਂਸ ਨੇ, ਉਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਪਿੱਛੇ ਹੋ ਸਕਦੇ ਹਾਂ ਕਿ ਹਾਂ ਨਹੀਂ ਹੁਣ ਇਹ ਖੁਦ ਕਰ ਲੈਣਗੇ, ਕਰ ਲੈਣਗੇ, ਤੇ ਐਡਵਾਂਸ। ਦੈਟਸ ਰਾਈਟ। ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਨੈਚੁਰਲ ਇਨਵਾਇਰਮੈਂਟ ਦੇ ਵਿੱਚ, ਤੁਸੀਂ ਤਾਂ ਖਾਸ ਤੌਰ ਦੇ ਉੱਤੇ ਕਿਉਂਕਿ ਅਰਲੀ ਚਾਈਲਡਹੁੱਡ ਐਜੂਕੇਟਰ ਹੋ, ਸਮਝਦੇ ਹੋ ਇਸ ਗੱਲ ਨੂੰ ਕਿ ਉਹਨਾਂ ਨੂੰ ਨੈਚੁਰਲ ਸੈਟਅਪ ਦੇ ਵਿੱਚ ਛੱਡ ਦੇਣਾ ਵੀ ਜ਼ਰੂਰੀ ਹੁੰਦਾ ਆ। ਬਿਲਕੁਲ ਜੀ। ਅਸੀਂ ਕਹਿੰਦੇ ਹਾਂ ਜਿਹੜਾ ਇਨਵਾਇਰਮੈਂਟ ਆ ਨਾ ਜੀ, ਜਿਹੜਾ ਤੁਸੀਂ ਸੈਟਅਪ ਕਹਿ ਰਹੇ ਹੋ, ਇਹ ਫਰਸਟ ਜਿਹੜਾ ਟੀਚਰ ਆ, ਅਸੀਂ ਸਿਰਫ ਮੀਡੀਏਟਰ ਆ। ਹੁਣ ਸੁਝਾਅ ਦੇ ਤੌਰ 'ਤੇ ਤੁਸੀਂ ਇੱਕ ਟੇਬਲ ਲਾ ਦਿੱਤਾ ਅਤੇ ਉਹਦੇ 'ਤੇ 2 ਚੇਅਰਸ ਨੇ, ਇੱਕ ਬੱਚੇ ਨੂੰ ਆਲਰੇਡੀ ਪਤਾ ਆ ਕਿ ਇਹ ਟੇਬਲ ਦੇ ਉੱਤੇ ਸਿਰਫ 2 ਜਣੇ ਬੈਠ ਸਕਦੇ ਆ,
ਉਹ ਜਿਹੜਾ ਇਨਵਾਇਰਮੈਂਟ ਆ ਬੱਚੇ ਇੰਨੇ ਸਮਾਰਟ ਨੇ ਕਿ ਉਹਨਾਂ ਨੇ ਉਸ 'ਤੇ ਪਿੱਕ ਕਰ ਲੈਣਾ ਆ ਸੋ ਤੁਹਾਡੀ ਹੁਣ ਆਪਾਂ ਪਾਰਕ ਦੀ ਗੱਲ ਲੈ ਲੈਂਦੇ ਹਾਂ ਸਾਰੇ ਬੱਚਿਆਂ ਨੂੰ ਪਤਾ ਜੀ ਇੱਕ ਸਲਾਈਡ ਆ ਅਸੀਂ ਸਲਾਈਡ ਦੇ ਉੱਤੇ ਸਾਰਿਆਂ ਨੇ ਟਰਨ ਲੈਣੀ ਠੀਕ ਹੈ ਹੈ ਨਾ ਅਤੇ ਉਹ ਹੈ ਜਿਹੜਾ ਉਹ ਇਨਵਾਇਰਮੈਂਟ ਸੈਟਅਪ ਹੋਇਆ ਹੋਇਆ ਹੁਣ ਸਾਡੀ ਰਿਸਪੋਂਸੀਬਿਲਿਟੀ ਕਿੱਥੇ ਆਉਂਦੀ ਹੈ ਗੁਰਪ੍ਰੀਤ ਬੱਚਾ ਹੈ ਕਹਿੰਦਾ ਹੈ ਕਿ ਮੈਂ ਲਾਈਨ 'ਚ ਵੇਟ ਨਹੀਂ ਕਰਨੀ ਜੀ ਮੈਂ ਮੇਰੀ ਟਰਨ ਪਹਿਲਾਂ ਹੋਊਗੀ ਹੁਣ ਉੱਥੇ ਸਾਡੀ ਆ ਗਈ ਜ਼ਿੰਮੇਵਾਰੀ ਨਹੀਂ ਬੇਟਾ ਉਹ ਲਾਈਨ 'ਚ ਪਹਿਲਾਂ ਵੇਟ ਕਰ ਰਹੇ ਨੇ ਆਪਾਂ ਇੱਥੇ ਆਪਣੀ ਟਰਨ ਦੀ ਵੇਟ ਕਰਾਂਗੇ ਇਹ ਤੋਂ ਬਾਅਦ ਆਪਣੀ ਵਾਰੀ ਹੈ ਸੋ ਜਿਹੜਾ ਉਹ ਇਨਵਾਇਰਮੈਂਟ 'ਤੇ ਆਪਾਂ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਸਲਾਈਡ ਇੱਕ ਆ ਉੱਥੇ ਅਤੇ ਆਪਾਂ ਐਕਸਟਰਨਲ ਫੈਕਟਰ ਹਾਂ ਜਿੱਥੇ ਆਪਾਂ ਹੁਣ ਕੰਟਰੀਬਿਊਟ ਕਰਾਂਗੇ ਕਿ ਉਹ ਸਥਿਤੀ ਖੁਦ ਬ ਖੁਦ ਬਣ ਗਈ ਅਤੇ ਹੁਣ ਉੱਥੇ ਆਪਣਾ ਰੋਲ ਬਣਦਾ ਕਿ ਅਸੀਂ ਆਪਣੇ ਬੱਚੇ ਨੂੰ ਸਿਖਾਉਣਾ ਸੋ ਇੱਦਾਂ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਐਵਰੀ ਡੇ ਲਾਈਫ 'ਚ ਬਹੁਤ ਵਾਰ ਆਉਂਦੀਆਂ ਨੇ ਅਤੇ ਉੱਥੇ ਆਪਾਂ ਡਿਸਾਈਡ ਕਰਨਾ ਕਿ ਹੁਣ ਇੱਥੇ ਮੈਂ ਇੰਟਰਵੀਨ ਕਰਨਾ ਜਾਂ ਨਹੀਂ ਕਰਨਾ ਜਾਂ ਐਜ਼ ਅਬਜ਼ਰਵਰ ਪਾਸੇ ਹੋ ਕੇ ਐਜ਼ ਅ ਪੇਰੈਂਟ ਖੜੀ ਰਹਾਂ ਬਿਲਕੁਲ ਬਿਲਕੁਲ ਨਾ ਤਾਂ ਆਪਾਂ ਹੈਲੀਕਾਪਟਰ ਦੀ ਵਾਂਗ ਹੈ ਨਾ ਉਹਨਾਂ ਦੇ ਉੱਪਰ ਰਹਿਣਾ ਆ ਸੋ ਕਈ ਵਾਰ ਬੱਚਿਆਂ ਨੂੰ ਸਟਰਗਲ ਵੀ ਕਰਨ ਦੇਣੀ ਚਾਹੀਦੀ ਹੈ ਤੁਸੀਂ ਗੱਲ ਕੀਤੀ ਸੀਗੀ ਮੈਮਰੀਜ਼ 'ਤੇ ਆਪਾਂ ਗੱਲ ਕੀਤੀ ਸੀ ਨਿਊਰੋਨਸ ਦੀ ਆਪਾਂ ਕਿਹਾ ਫਾਊਂਡੇਸ਼ਨ ਹੈ ਜੀ ਹੁਣ ਅਸੀਂ ਮੈਂ ਦੇਖਣਾ ਚਾਹੂੰਗੀ ਕਿ ਮੇਰਾ ਬੇਟਾ ਹੁਣ ਇਸ ਚੀਜ਼ ਨੂੰ ਕਿੱਦਾਂ ਪ੍ਰੋਬਲਮ ਸੋਲਵ ਕਰੂਗਾ ਦੂਜਾ ਬੱਚਾ ਕਹਿ ਰਿਹਾ ਨਹੀਂ ਜੀ ਮੈਂ ਪਹਿਲਾਂ ਜਾਣਾ ਉਹਨੇ ਕਹਿਣਾ ਮੈਂ ਪਹਿਲਾਂ ਜਾਣਾ ਕਿ ਉਹ ਸਥਿਤੀ ਨੂੰ ਨੈਗੋਸ਼ੀਏਟ ਕਰ ਪਾਊਗਾ ਹੈ ਨਾ ਜਾਂ ਉਹ ਲੜਾਈ ਦੇ ਵਿੱਚ ਤਬਦੀਲ ਹੋਊਗੀ ਅਗਰ ਤਾਂ ਉਹ ਤੁਹਾਨੂੰ ਲੱਗਦਾ ਕਿ ਲੜਾਈ 'ਚ ਤਬਦੀਲ ਹੋਊਗੀ ਫਿਰ ਮੈਂ ਇੰਟਰਵੀਨ ਕਰਨਾ ਚਾਹੂੰਗੀ ਪਰ ਮੈਨੂੰ ਲੱਗਦਾ ਅਗਰ ਦੋ ਬੱਚੇ ਰਲ ਕੇ ਉਹਦਾ ਹੈ ਨਾ ਹੱਲ ਕੱਢ ਸਕਦੇ ਨੇ ਤਾਂ ਸ਼ਾਇਦ ਆਪਾਂ ਨੂੰ ਪਿੱਛੇ ਹਟ ਕੇ ਰਹਿਣਾ ਚਾਹੀਦਾ ਅਸੀਂ ਬੱਚਿਆਂ ਨੂੰ ਪਾਰਕ ਦੇ ਵਿੱਚ ਵੀ ਲੈ ਕੇ ਜਾਈਏ ਜੇ ਜਾਂ ਘਰ ਦੇ ਵਿੱਚ ਕੋਈ ਪਲੇ ਹੈ ਉਹਨਾਂ ਦਾ ਕਿੰਨੀਆਂ ਸਾਰੀਆਂ ਗੇਮਸ ਉਹਨਾਂ ਨੂੰ ਲੈ ਕੇ ਦਿੱਤੀਆਂ ਕਿ ਉਹਨਾਂ ਦੀ ਬ੍ਰੇਨ ਡਿਵੈਲਪਮੈਂਟ ਹੋਵੇ ਹਰ ਇੱਕ ਚੀਜ਼ ਜਿਹੜੀ ਹੈ ਆਪਣੀ ਆਪਣੀ ਜਗ੍ਹਾ ਰੱਖਦੀ ਹੈ ਪਰ ਉਹਦੇ ਨਾਲ ਹੀ ਜਿਹੜਾ ਆਪਣਾ ਪੇਰੈਂਟਲ ਕਨੈਕਸ਼ਨ ਹੈ ਵਿਦ ਦ ਕਿਡ ਉਹ ਵੀ ਇੰਪੋਰਟੈਂਟ ਹੈ ਜਾਂ ਜਿਹੜੇ ਤੁਹਾਡੇ ਘਰ ਸੋਸ਼ਲਾਈਜ਼ ਕਰਨ ਵਾਲੇ ਲੋਕ ਆਉਂਦੇ ਨੇ ਉਹ ਵੀ ਕਿਸ ਤਰ੍ਹਾਂ ਬਿਹੇਵ ਕਰਦੇ ਆ ਬੱਚੇ ਨਾਲ ਭਾਵੇਂ ਉਹ 3 ਸਾਲ ਦਾ ਹੀ ਹੈ 4 ਸਾਲ ਦੀ ਨਿਆਣਾ ਆ ਪਰ ਉਹ ਬੇਟੀ ਦੇ ਨਾਲ ਕਿਵੇਂ ਗੱਲ ਕਰ ਰਹੇ ਨੇ ਉਹ ਸਾਰੀ ਚੀਜ਼ਾਂ ਦਾ ਪੈਂਦਾ ਹੋਊਗਾ ਅਸਰ ਹੈ ਨਾ ਬਿਲਕੁਲ ਜੀ ਬਿਲਕੁਲ ਹੁਣ ਇੱਕ ਜਿਹੜਾ ਬੱਚਾ ਹੈ ਆਪਾਂ ਬਰਥ ਤੋਂ ਲੈ ਕੇ 6 ਸਾਲ ਤੱਕ ਦੀ ਗੱਲ ਕਰ ਰਹੇ ਹਾਂ ਤੁਸੀਂ ਗੱਲ ਕਰ ਲਓ ਇੱਕ ਨਵਜੰਮੇ ਬੱਚੇ ਦੀ ਹੈ ਨਾ ਬੱਚਾ ਰੋਂਦਾ ਆ ਡਜ਼ਨਟ ਮੈਟਰ ਤੁਸੀਂ ਮਾਂ ਪਿਓ ਦਾਦਾ ਦਾਦੀ ਹੋ ਨਾਨਾ ਨਾਨੀ ਭੂਆ ਚਾਚਾ ਤਾਈ ਆਪਾਂ ਸਾਰੇ ਰੋਲ ਕੰਟਰੀਬਿਊਟ ਕਰਦੇ ਹਾਂ ਹੈ ਨਾ ਇੱਕ ਬੱਚੇ ਦੀ ਲਰਨਿੰਗ ਦੇ ਵਿੱਚ ਬੱਚਾ ਰੋਂਦਾ ਅਸੀਂ ਉਹਨੂੰ ਚੱਕ ਕੇ ਚੁੱਪ ਕਰਾਉਂਦੇ ਹਾਂ ਹੈ ਨਾ ਅਸੀਂ ਉਹਨੂੰ ਕਹਿ ਦਿੰਦੇ ਹਾਂ ਰੈਗੂਲੇਟ ਕਰਦਾ ਬੱਚਾ ਹੁਣ ਇਹ ਜ਼ਰੂਰੀ ਹੈ ਕਿ ਜਿਹੜਾ ਉਹ ਸਮਾਨ ਲੈ ਕੇ ਆਏ ਨੇ ਕਿ ਸਾਡਾ ਬੱਚਾ ਉਹਦੇ ਨਾਲ ਖੇਡ ਵੀ ਸਕਦਾ ਕਿ ਉਹ ਡਿਵੈਲਪਮੈਂਟਲੀ ਉਸ ਲੈਵਲ 'ਤੇ ਪਹੁੰਚ ਗਿਆ ਆ ਕਿਉਂਕਿ ਜਿਹੜੇ ਪਹਿਲਾ ਸਾਲ ਹੈ ਬੱਚੇ ਦਾ ਉਹ 'ਚੋਂ ਸਿਰਫ ਅਬਜ਼ਰਵ ਕਰਦਾ ਅਸੀਂ ਉਹਨੂੰ ਅਬਜ਼ਰਵੇਟਰੀ ਪਲੇ ਕਹਿ ਦਿੰਦੇ ਹਾਂ ਤੁਹਾਡਾ ਬੱਚਾ ਸਿਰਫ ਦੇਖ ਰਿਹਾ ਹੈ ਅਤੇ ਤੁਸੀਂ ਅਮੇਜ਼ ਹੋ ਜਾਓਗੇ ਜਦੋਂ ਉਹ ਖੁਦ ਬ ਖੁਦ ਚੀਜ਼ਾਂ ਕਰਨ ਲੱਗ ਗਿਆ ਜੇ ਉਹ ਦੇਖਦਾ ਹੈ ਕਿ ਮੰਮਾ ਕਿਚਨ ਦੇ ਵਿੱਚ ਕੁੱਕ ਕਰਦੀ ਆ ਤਾਂ ਉਹਦੀ ਖੇਡ ਉਹਨੂੰ ਜਿਹੜੀ ਤੁਸੀਂ ਲਿਆ ਕੇ ਦਿੱਤੀ ਆ ਉਹਨੂੰ ਟੋਇਜ਼ਰ ਅਸ ਤੋਂ ਉਹ ਨਹੀਂ ਪਸੰਦ ਆਉਣੀ ਉਹਨੇ ਉਹ ਜੀ ਪੋਟ ਚੱਕਣਾ ਅਤੇ ਨਾਲ ਚੱਕਣੀ ਆ ਕੜਛੀ ਅਤੇ ਉਹਦੇ ਵਿੱਚ ਕਿਉਂਕਿ ਉਹ ਦੇਖ ਰਿਹਾ ਚੀਜ਼ ਉਹ ਅਬਜ਼ਰਵ ਕਰਨਾ ਵੀ ਪਲੇ ਹੈ ਉਹ ਪਲੇ ਦਾ ਇੱਕ ਲੈਵਲ ਆ ਅਤੇ ਫਿਰ ਹੁਣ ਉਹ ਬੱਚੇ ਨੇ ਹੈ ਨਾ ਉਹਦੇ ਵਿੱਚ ਉਹਨੇ ਕੁੱਕ ਕਰਨਾ ਪ੍ਰਟੈਂਡ ਕਰਨਾ ਫਿਰ ਉਹ ਦੇਖਦਾ ਕਿ ਹੈ ਨਾ ਕਈ ਬੱਚੇ ਹੁੰਦੇ ਨੇ ਉਹਨਾਂ ਨੂੰ ਬਹੁਤ ਦਿਲਚਸਪੀ ਹੁੰਦੀ ਹੈ ਕਿ ਮੰਮਾ ਮੇਕਅਪ ਕਰਦੀ ਹੈ ਮੈਂ ਵੀ ਮੇਕਅਪ ਕਰਨਾ ਆ ਸੋ ਉਹ ਅਬਜ਼ਰਵ ਵੀ ਇੱਕ ਖੇਡਣ ਦਾ ਤਰੀਕਾ ਆ ਸੋ ਹੁਣ ਉਹਦੇ 'ਚ ਸਾਰੇ ਹੀ ਆ ਜਾਂਦੇ ਨੇ ਰਾਈਟ ਜਿੱਦਾਂ ਉਹ ਬੱਚੇ ਨੂੰ ਬਿਹੇਵ ਕਰਦੇ ਨੇ ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਕਿ ਅਗਰ ਤੁਸੀਂ ਆਪਣੇ ਬੱਚੇ ਨੂੰ ਤੁਸੀਂ ਕਿਹੜੀ ਸਥਿਤੀ ਨੂੰ ਕਿੱਦਾਂ ਹੈਂਡਲ ਕਰਦੇ ਹੋ ਤੁਹਾਡਾ ਬੱਚਾ ਅਬਜ਼ਰਵ ਕਰਦਾ ਅਤੇ ਉਹਨੂੰ ਹੀ ਉਹਨੇ ਦੁਬਾਰਾ ਉੱਦਾਂ ਹੀ ਉਹਨੇ ਹੈਂਡਲ ਕਰਨਾ ਸਿਚੁਏਸ਼ਨ ਨੂੰ ਜੇ ਉਹਨੇ ਦੇਖਿਆ ਕਿ ਮੰਮਾ ਡੈਡਾ ਕਾਮ ਰਹੇ ਸਿਚੁਏਸ਼ਨ 'ਚ ਤਾਂ ਉਹ ਬੱਚਾ ਵੀ ਕਾਮ ਰਹਿਣ ਦੀ ਕੋਸ਼ਿਸ਼ ਕਰੂਗਾ ਜੇ ਐਵਰੀ ਟਾਈਮ ਕੋਈ ਆਰਗੂਮੈਂਟ ਹੁੰਦਾ ਆ ਅਤੇ ਸਾਡੀ ਆਵਾਜ਼ ਵੱਧ ਜਾਂਦੀ ਹੈ ਜੀ ਸਾਡੇ ਇਮੋਸ਼ਨ ਬਹੁਤ ਛੇਤੀ ਐਸਕਲੇਟ ਹੋ ਜਾਂਦੇ ਨੇ ਉਹ ਐਗਜ਼ੈਕਟਲੀ ਜਿਹੜਾ ਸਾਡਾ ਬੱਚਾ ਆ ਉਹਨੇ ਉੱਦਾਂ ਹੀ ਕਰਨਾ ਹੈ ਤਾਂ ਹੀ ਆਪਾਂ ਕਹਿ ਰਹੇ ਹਾਂ ਜੀ ਨੀਵ ਰੱਖੀ ਜਾ ਚੁੱਕੀ ਆ ਕਿਉਂਕਿ ਬੱਚਾ ਜਿਹੜਾ ਉਹ ਐਕਸਪੀਰੀਅੰਸਿਸ ਤੋਂ ਕਰਦਾ ਆ ਬਿਲਕੁਲ ਠੀਕ ਹੈ ਬੱਚਿਆਂ ਨੂੰ ਜੇ ਅਸੀਂ ਕਹਿੰਦੇ ਕਿ ਉਹਨਾਂ ਦੀ ਲਰਨਿੰਗ ਕਿਵੇਂ ਹੁੰਦੀ ਹੈ ਕਿਵੇਂ ਲਰਨ ਕਰਦੇ ਆ ਆਪਾਂ ਇਹਦੇ ਬਾਰੇ ਆਲਰੇਡੀ ਥੋੜ੍ਹੀ ਜਿਹੀ ਗੱਲ ਕਰ ਲਈ ਸੀ ਗੁਰਪ੍ਰੀਤ ਕਿ ਬੱਚੇ ਐਕਸਪੀਰੀਅੰਸਿਸ ਦੇ ਥਰੂ ਲਰਨ ਕਰਦੇ ਆ ਅਤੇ ਹੁਣ ਅਗਰ ਆਪਾਂ ਥੋੜ੍ਹਾ ਜਿਹਾ ਹੋਰ ਡੀਟੇਲ ਦੇ ਵਿੱਚ ਜਾਣਾ ਚਾਹੀਏ ਐਕਸਪੀਰੀਅੰਸਿਸ ਨੂੰ ਛੱਡ ਕੇ ਇੱਕ ਹੁੰਦਾ ਆ ਡਿਵੈਲਪਮੈਂਟਲੀ ਅਪਰੋਪਰੀਏਟ ਹੈ ਨਾ ਅਤੇ ਕੀ ਉਹਨਾਂ ਦੀ ਉਮਰ ਆ ਕੀ ਉਹ ਸਿੱਖਣ ਯੋਗ ਹੈਗੇ ਨੇ ਅਤੇ ਅਸੀਂ ਕੀ ਕਰ ਸਕਦੇ ਹਾਂ ਕੀ ਤੁਸੀਂ ਇੱਕ ਬੇਬੀ ਨੂੰ ABC ਜਾਂ 1, 2, 3 ਸਿਖਾ ਸਕਦੇ ਹੋ ਨਹੀਂ ਨਹੀਂ ਸੋ ਹੁਣ ਇਹ ਬਹੁਤ ਵੱਡੇ ਫੈਕਟਰ ਆ ਗਏ ਨੇ ਕਿ ਜਿਹੜਾ ਇੱਕ ਬੇਬੀ ਆ ਉਹ ਤੋਂ ਸਾਡੀਆਂ ਕੀ ਉਮੀਦਾਂ ਨੇ
ਫਿਰ ਅਸੀਂ ਕਹਿ ਦਿੰਦੇ ਹਾਂ ਟੋਡਲਰ 19 ਮਹੀਨਿਆਂ ਤੋਂ ਲੈ ਕੇ 3 ਸਾਲ ਦਾ ਬੱਚਾ ਜੀ ਟੋਡਲਰ ਆ, ਹੈ ਨਾ, ਉਹ ਤੋਂ ਸਾਡੀਆਂ ਕੀ ਉਮੀਦਾਂ ਹੋਣੀਆਂ ਚਾਹੀਦੀਆਂ ਨੇ, ਉਹਨੂੰ ਅਸੀਂ ਕਿਵੇਂ ਸਿਖਾ ਸਕਦੇ ਹਾਂ, ਅਤੇ ਇੱਕ ਜਿਹੜਾ 3 ਤੋਂ ਲੈ ਕੇ 6 ਸਾਲ ਦਾ ਬੱਚਾ ਉਹਨੂੰ ਅਸੀਂ ਸਾਡੀਆਂ ਕੀ ਉਹ ਤੋਂ ਉਮੀਦਾਂ ਹੋਣੀਆਂ ਚਾਹੀਦੀਆਂ ਨੇ ਅਤੇ ਅਸੀਂ ਉਹਨੂੰ ਕਿੱਦਾਂ ਸਿਖਾਈਏ। ਜਿਹੜੇ ਤਾਂ ਹੁੰਦੇ ਨੇ ਬੇਬੀਜ਼, ਹੈ ਨਾ, ਗੁਰਪ੍ਰੀਤ ਬਰਥ ਤੋਂ ਲੈ ਕੇ ਤੁਸੀਂ 19 ਮਹੀਨੇ ਤੱਕ ਅਸੀਂ ਉਹਨਾਂ ਨੂੰ ਇਨਫੈਂਟ ਕਹਿ ਦਿੰਦੇ ਹਾਂ, ਉਹ ਜਿਹੜੇ ਬੱਚੇ ਨੇ ਉਹ ਜਿਹੜੀ ਸਟੇਜ 'ਚੋਂ ਜਾਂਦੇ ਆ ਉਹਨੂੰ ਕਹਿੰਦੇ ਹੋ ਅਸੀਂ ਮਿਸਟਰਸਟ ਵਰਸਿਸ ਟਰੱਸਟ। ਜ਼ਰੂਰੀ ਹੈ ਕਿਉਂਕਿ ਇੱਕ ਬੱਚਾ ਖੁਦ ਨੂੰ ਨਹੀਂ ਸੰਭਾਲ ਸਕਦਾ, ਹੈ ਨਾ, ਅਤੇ ਉਹ ਜਿਹੜੀ ਹੱਗ ਆ, ਉਹ ਜਿਹੜਾ ਕੰਫਰਟ ਆ, ਜਦੋਂ ਐਵਰੀ ਟਾਈਮ ਬੱਚਾ ਰੋਂਦਾ ਆ ਆਪਾਂ ਉਹਨੂੰ ਦੇਖਦੇ ਹਾਂ, ਤਾਂ ਆਪਣੇ ਨਾਲ ਇੱਕ ਟਰੱਸਟ ਰਿਲੇਸ਼ਨਸ਼ਿਪ ਕ੍ਰੀਏਟ ਕਰਦਾ, ਹੈ ਨਾ, ਕਿ ਨਹੀਂ ਮੈਂ ਸੇਫ ਹਾਂ, ਮੈਨੂੰ ਭੁੱਖ ਲੱਗੂਗੀ ਤਾਂ ਮੈਨੂੰ ਦੁੱਧ ਮਿਲੂਗਾ। ਇਹਨੇ ਨਿੱਕੇ ਜਿਹੇ ਨਿਆਣੇ ਦੇ ਮਨ 'ਚ ਜਿੱਦਾਂ ਦਿਮਾਗ 'ਚ ਜਿੱਦਾਂ ਬਣਦਾ ਹੋਊਗਾ, ਹੈ ਨਾ। ਹਾਂਜੀ ਬਿਲਕੁਲ, ਐਕਚੁਅਲੀ ਬਹੁਤ ਸਾਰੀਆਂ ਸਟੱਡੀਜ਼ ਨੇ ਜਿਹੜੇ ਬੱਚੇ ਟਰੱਸਟ ਦੀ ਥਾਂ 'ਤੇ ਮਿਸਟਰੱਸਟ ਦੇ ਵਿੱਚ ਚਲੇ ਜਾਂਦੇ ਨੇ ਗੁਰਪ੍ਰੀਤ, ਉਹ ਤੁਸੀਂ ਦੇਖਦੇ ਹੋ ਜਿਹੜੇ ਥੋੜ੍ਹੇ ਜਿਹੇ ਕ੍ਰਿਮੀਨਲ ਸਾਈਡ 'ਤੇ ਚਲੇ ਜਾਂਦੇ ਆ, ਹੈ ਨਾ, ਕਿਉਂਕਿ ਉਹਨਾਂ ਦੀਆਂ ਨੀਡਸ ਪੂਰੀਆਂ ਨਹੀਂ ਹੋ ਪਾਈਆਂ, ਜਦੋਂ ਰੋ ਰਹੇ ਸੀ ਸ਼ਾਇਦ ਉਹਨਾਂ ਨੂੰ ਕਿਸੇ ਨੇ ਚੈੱਕ ਨਹੀਂ ਕੀਤਾ, ਅਤੇ ਹੁਣ ਉਹ ਜਿਹੜਾ ਤੁਹਾਡਾ ਬ੍ਰੇਨ ਆ ਉਹ ਇਸ ਤਰੀਕੇ ਨਾਲ ਬਣਿਆ ਹੋਇਆ ਕਿ ਹੁਣ ਉਹ ਇਸ ਮੋਡ 'ਚ ਚਲਿਆ ਗਿਆ ਕਿ ਮੈਂ ਬਚਣਾ, ਮੈਨੂੰ ਪਤਾ ਨਹੀਂ ਮੈਂ ਸੇਫ ਹਾਂ ਜਾਂ ਨਹੀਂ, ਮੈਨੂੰ ਆਲੇ ਦੁਆਲੇ ਮੇਰੇ ਕੋਈ ਧਿਆਨ ਰੱਖਣ ਵਾਲਾ ਹੈ ਜਾਂ ਨਹੀਂ, ਅਤੇ ਇਹ ਇੱਕ ਛੋਟੇ ਜਿਹੇ ਬੇਬੀ ਤੋਂ ਹੀ ਸ਼ੁਰੂ ਹੋ ਜਾਂਦਾ। ਸੋ ਉਹਨੂੰ ਹੱਗ ਕਰਨਾ, ਉਹਨੂੰ ਕੰਫਰਟ ਕਰਨਾ, ਚੈੱਕ ਕਰਨਾ, ਹਾਂਜੀ ਤਾਂ ਡਾਈਪਰ ਤਾਂ ਨਹੀਂ ਚੇਂਜ ਕਰਨ ਵਾਲਾ, ਉਹ ਸ਼ੁਰੂਆਤ ਆ ਇੱਕ ਬੱਚੇ ਨੂੰ ਉਹਨੂੰ ਉਹਦੇ ਨਾਲ ਉਹ ਟਰੱਸਟ ਬਣਾਉਣ ਦੀ। ਵਾਓ, ਹਾਂਜੀ, ਅਤੇ ਹੁਣ ਉਹ ਤੋਂ ਬਾਅਦ ਅਸੀਂ ਟਰੱਸਟ ਇਸਟੈਬਲਿਸ਼ ਕਰ ਲਿਆ, ਸਾਡਾ ਬੱਚਾ ਸੇਫ ਫੀਲ ਕਰਦਾ, ਸਾਡਾ ਬੱਚਾ ਫੀਲ ਕਰਦਾ ਕਿ ਮੈਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨੇ, ਅਤੇ ਹੁਣ ਉਹਦੀ ਆ ਜਾਊਗੀ ਐਜੂਕੇਸ਼ਨਲ ਪੀਸ। ਜਿਹੜਾ ਟੋਡਲਰ ਆ, ਬੱਚੇ ਬਹੁਤ ਸਾਰੇ ਇਮੋਸ਼ਨ ਫੀਲ ਕਰਨੇ ਸ਼ੁਰੂ ਕਰ ਦਿੰਦੇ ਨੇ, ਇੱਕ ਬੇਬੀ ਨੂੰ ਦੇਖਿਓ ਤੁਸੀਂ, ਜਾਂ ਤਾਂ ਉਹ ਹੱਸਦਾ ਜੀ ਜਾਂ ਉਹ ਰੋਂਦਾ, ਉਹਨੂੰ ਗੁੱਸਾ ਨਹੀਂ ਆਉਂਦਾ, ਹੈ ਨਾ, ਜਾਂ ਰੋਊਗਾ ਜਾਂ ਹੱਸੂਗਾ, ਕਿਉਂਕਿ ਉਹ ਆਪਣੀ ਨੀਡ ਐਕਸਪ੍ਰੈਸ ਕਰਦਾ ਉਦਾਂ। ਹੁਣ ਜਦੋਂ ਤੁਸੀਂ ਇੱਕ ਟੋਡਲਰ ਕਹਿ ਦਿੰਦੇ ਹੋ ਜਿਹੜਾ 19 ਮਹੀਨਿਆਂ ਦਾ ਬੱਚਾ, ਤਾਂ ਉਹ ਤੋਂ ਬੜਾ ਹੁਣ ਉਹਨਾਂ ਨੂੰ ਇਮੋਸ਼ਨਸ ਹੋਣ ਲੱਗ ਗਏ, ਠੀਕ ਹੈ, ਅਤੇ ਤਾਂ ਹੀ ਆਪਾਂ ਕਹਿੰਦੇ ਹਾਂ ਟੈਂਟਰਮਸ, ਹੈ ਨਾ, ਜਦੋਂ ਬੱਚਾ ਨੀਚੇ ਲਿਟਦਾ ਉਹਨੂੰ ਨਹੀਂ ਪਤਾ ਚੱਲਦਾ ਮੈਨੂੰ ਗੁੱਸਾ ਆ ਰਿਹਾ ਜਾਂ ਮੈਨੂੰ ਖਿੱਚ ਚੜ ਰਹੀ ਆ, ਹੈ ਨਾ, ਮੈਨੂੰ ਨਹੀਂ ਪਤਾ। ਅਤੇ ਆਪਣਾ ਹੁਣ ਉੱਥੇ ਰੋਲ ਕੀ ਹੈ, ਉਹ ਬੱਚੇ ਨੂੰ ਸਮਝਾਉਣਾ। ਜਿਹੜਾ ਇੱਕ ਟੋਡਲਰ ਹੈ ਉਹ ਹਜੇ ਵੀ ਖੁਦ ਨੂੰ ਉਸ ਸਥਿਤੀ 'ਚ ਕੰਮ ਨਹੀਂ ਕਰ ਸਕਦਾ, ਜੇ ਉਹ ਰੋ ਰਿਹਾ ਉਹ ਆਪਣੇ ਆਪ ਨੂੰ ਸ਼ਾਂਤ ਨਹੀਂ ਕਰ ਸਕਦਾ, ਉਹਨੂੰ ਸਟਿਲ ਇੱਕ ਐਡਲਟ ਦੀ ਲੋੜ ਆ। ਤੁਸੀਂ ਜਾਓ ਉਹਨੂੰ ਹੱਗ ਕਰੋ, ਅਤੇ ਉਦੋਂ ਉਸ ਸਥਿਤੀ ਦੇ ਵਿੱਚ ਡਿਸਟਰੈਕਟ ਕਰ ਦਿਉ, ਕਿਉਂਕਿ ਜਿਹੜਾ ਟੋਡਲਰ ਹੈ ਉਹ ਹਜੇ ਵੀ ਗੱਲ ਨਹੀਂ ਸਮਝ ਸਕਦਾ, ਅਗਰ ਗੱਲ ਕਰਨੀ ਹੈ ਤਾਂ ਆਪਣੇ ਸ਼ਬਦ ਲਿਮਿਟਿਡ ਹੋਣੇ ਚਾਹੀਦੇ ਨੇ। ਜਿਹੜਾ ਬੱਚਾ ਉਹ ਪਹਿਲੇ ਸਿਰਫ 2 ਸ਼ਬਦਾਂ ਨੂੰ ਸੁਣਦਾ, ਅਗਰ ਪਹਿਲੇ 2 ਸ਼ਬਦ ਉਹਨਾਂ ਨੂੰ ਇੰਟਰਸਟਿਡ ਨਹੀਂ ਲੱਗੇ, ਤੁਸੀਂ ਕੁਛ ਬੋਲੀ ਜਾਵੋ, ਉਹਨਾਂ ਨੂੰ ਕੋਈ ਮਤਲਬ ਨਹੀਂ। ਸੋ ਹੁਣ ਐਜ਼ ਐਨ ਐਡਲਟ ਆਪਾਂ ਇਹ ਧਿਆਨ ਰੱਖਣਾ ਹੈ ਕਿ ਜੀ ਮੈਂ ਵੱਡਾ ਚੌੜਾ ਲੰਬਾ ਐਸੇ ਨਹੀਂ ਦੱਸਣਾ ਬੱਚੇ ਨੂੰ, ਮੇਰੇ ਬਹੁਤ ਲਿਮਿਟਿਡ ਸ਼ਬਦ ਹੋਣੇ ਚਾਹੀਦੇ ਨੇ, ਹੈ ਨਾ, ਅਤੇ ਉਹਨਾਂ ਨਾਲ ਸਮਝਾਉਣਾ। ਜੇ ਮੰਨ ਲਓ ਬੱਚਿਆਂ ਨੂੰ ਮਾਰਨ ਦੀ ਆਦਤ ਪੈ ਜਾਂਦੀ ਹੈ, ਆਪਾਂ ਨਹੀਂ ਮਾਰਨਾ, ਬਸ ਇੰਨੀ ਗੱਲ ਕਹਿਣੀ ਆ, ਉਹਨਾਂ ਦਾ ਹੱਥ ਲਾ ਕੇ ਕਹਿਣਾ ਨਹੀਂ ਪੁੱਤ ਜੈਂਟਲ, ਆਪਾਂ ਬਹੁਤ ਜੈਂਟਲ ਹੈਂਡਸ ਰੱਖਣੇ ਆ, ਆਪਾਂ ਦੰਦੀ ਨਹੀਂ ਵੱਢਣੀ, ਇਹਦੇ ਨਾਲ ਆਪਾਂ ਫੂਡ ਖਾਣਾ, ਜਾਂ ਤਾਂ ਡੂੰਘਾਈ 'ਚ ਨਾ ਜਾਓ, ਸਿੰਪਲ, ਬਿਲਕੁਲ ਸਿੰਪਲ ਚੀਜ਼ਾਂ ਰੱਖੋ, ਠੀਕ ਹੈ। ਹਾਂਜੀ, ਅਤੇ ਹੁਣ ਆ ਜਾਂਦਾ 3 ਸਾਲ ਦਾ ਬੱਚਾ ਤੋਂ ਲੈ ਕੇ 6 ਸਾਲ। ਜਿਹੜੇ ਪਹਿਲੇ 3 ਸਾਲ ਨੇ ਉਦੋਂ ਆਪਣੇ ਸਾਰੇ ਨਿਊਰੋਨਸ ਬਹੁਤ ਹੀ ਤੇਜ਼ੀ ਨਾਲ ਬਣਦੇ ਨੇ, ਠੀਕ ਹੈ ਨਾ, ਅਤੇ ਹੁਣ 3 ਸਾਲ ਤੋਂ 6 ਸਾਲ ਦੀ ਉਮਰ ਤੱਕ ਪ੍ਰੂਨਿੰਗ ਹੋਣ ਲੱਗ ਜਾਂਦੀ ਹੈ। ਜਿਹੜੇ ਜਿਹੜੇ ਨਿਊਰੋਨਸ ਅਸੀਂ ਨਹੀਂ ਵਰਤੇ ਉਹ ਕੱਟੇ ਜਾਣੇ ਆ, ਅਤੇ ਬਾਕੀ ਦੇ ਰਹਿ ਜਾਣੇ ਆ। ਸੋ ਹੁਣ ਪ੍ਰੈਕਟਿਸ ਦਾ ਉਹ ਆ ਗਿਆ ਕਿ ਅਸੀਂ ਪ੍ਰੈਕਟਿਸ ਕਰਕੇ ਉਹਨਾਂ ਨੂੰ ਮਜ਼ਬੂਤ ਕਰਨਾ। ਆਪਾਂ ਆਫਨ ਟਾਈਮ ਸੁਣਦੇ ਹਾਂ ਇਹ ਯਾਰ ਬਚਪਨ 'ਚ ਚੀਜ਼ ਯਾਦ ਕੀਤੀ ਸੀ, ਹਜੇ ਤੱਕ ਚੇਤੇ ਆ, ਹੈ ਨਾ, ਕਿਉਂਕਿ ਉਹਨਾਂ ਦਾ ਕਾਰਨ ਸੀ, ਠੀਕ ਹੈ। ਉਹ ਪ੍ਰੈਕਟਿਸ ਕਰਨੇ, ਜਿਹੜੀਆਂ ਚੀਜ਼ਾਂ ਆਪਾਂ ਪ੍ਰੈਕਟਿਸ ਕਰਾਂਗੇ ਉਹ ਰਹਿਣਗੀਆਂ, ਜਿਹੜੀਆਂ ਨਹੀਂ ਕਰਾਂਗੇ ਉਹ ਚਲੇ ਜਾਣਗੀਆਂ। 3 ਸਾਲ ਦੇ ਬੱਚੇ ਤੋਂ ਆਪਾਂ ਐਕਸਪੈਕਟੇਸ਼ਨ ਰੱਖ ਸਕਦੇ ਹਾਂ ਕਿ ਜੇ ਤੁਹਾਨੂੰ ਮਨਾ ਕੀਤਾ ਹੈ, ਤੁਸੀਂ ਥੋੜ੍ਹੇ ਜਿਹੇ ਸੈਡ ਫੀਲ ਕਰ ਰਹੇ ਹੋ, ਮੈਂ ਤੁਹਾਨੂੰ ਛੱਡ ਕੇ ਜਾ ਸਕਦੀ ਹਾਂ, ਅਤੇ ਜਦੋਂ ਤੁਸੀਂ ਰੈਡੀ ਹੋ ਗਏ ਤੁਸੀਂ ਮੰਮਾ ਨੂੰ ਦੱਸਿਓ ਆਪਾਂ ਇਹਦੇ ਬਾਰੇ ਗੱਲ ਕਰਨੀ ਆ, ਤੁਸੀਂ ਹੁਣ ਡੀਟੇਲ 'ਚ ਬੱਚੇ ਨਾਲ ਗੱਲ ਕਰ ਸਕਦੇ ਹੋ। ਸੋ ਇਹ ਜਿਹੜੀ ਅਗੇਨ ਐਕਸਪੀਰੀਅੰਸ ਕਿੱਦਾਂ ਦੀ ਸਥਿਤੀ ਆ, ਕਿੱਥੇ ਤੁਹਾਨੂੰ ਲੱਗਦਾ ਕਿ ਮੈਂ ਆਪਣੇ ਬੱਚੇ ਨੂੰ ਸਮਝਾਉਣਾ, ਕਿੱਥੇ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਹੁਣ ਉਹ ਸਮਝਣ ਦੀ ਸਥਿਤੀ 'ਚ ਨਹੀਂ, ਇੱਥੇ ਮੈਂ ਉਹਨੂੰ ਹੱਕ ਕਰਕੇ ਪਿਆਰ ਨਾਲ ਪਹਿਲਾਂ ਕੰਮ ਕਰ ਦੇਣਾ ਆ, ਜਦੋਂ ਬੱਚਾ ਸ਼ਾਂਤ ਹੋ ਗਿਆ ਫਿਰ ਅਸੀਂ ਗੱਲ ਕਰਾਂਗੇ। ਸੋ ਇਹ ਬਹੁਤ ਜ਼ਰੂਰੀ ਹੈ ਸਾਨੂੰ ਦੇਖਣ ਲਈ ਕਿ ਪਹਿਲਾਂ ਬੱਚਾ ਉਸ ਚੀਜ਼ ਨੂੰ ਸਮਝਣ ਯੋਗ ਹੋਵੇ ਅਤੇ ਫਿਰ ਅਸੀਂ ਸਮਝਾਈਏ, ਠੀਕ ਹੈ। ਜਸਕਿਰਨ, ਬੜਾ ਇੰਟਰਸਟਿੰਗ ਮੈਨੂੰ ਇਹ ਚੀਜ਼ ਲੱਗੀ ਕਿ ਕਿਸ ਕਿਸ ਉਮਰ ਦੇ ਵਿੱਚ ਆ ਕੇ ਉਹਨਾਂ ਦੇ ਹੋਰ ਇਮੋਸ਼ਨਸ ਜਿਹੜੇ ਆ ਉਹ ਬਣਨ ਲੱਗ ਜਾਂਦੇ ਆ, ਫਿਰ ਬੱਚਿਆਂ ਨਾਲ ਕਿਉਂਕਿ ਉਹ ਪੇਰੈਂਟਸ ਵੱਲ ਦੇਖਦੇ ਆ, ਉੱਦਾਂ ਦੇ ਹੀ ਇਮੋਸ਼ਨਸ ਬੱਚਿਆਂ ਦੇ ਵਿੱਚ ਵੀ ਕਿਵੇਂ ਰਿਐਕਟ ਕਰਨਾ ਉਸ ਉਮਰ ਦੇ ਵਿੱਚ 4 ਸਾਲ ਦੀ ਉਮਰ ਦੇ ਵਿੱਚ ਸਿੱਖਣਾ ਸ਼ੁਰੂ ਕਰ ਦਿੰਦੇ ਆ।
ਹਾਂਜੀ ਉਸ ਤੋਂ ਪਹਿਲਾਂ ਵੀ ਬਿਲਕੁਲ ਹਾਂਜੀ ਹਾਂ ਸੋ ਅਸੀਂ ਇਹਨਾਂ ਨੂੰ ਐਗਜ਼ੈਕਟਿਵ ਫੰਕਸ਼ਨਸ ਕਹਿ ਦਿੰਦੇ ਹਾਂ ਸਾਡੇ ਬ੍ਰੇਨ ਦੇ ਵਿੱਚ ਐਗਜ਼ੈਕਟਿਵ ਫੰਕਸ਼ਨਸ ਨੇ ਜਿਵੇਂ ਕਿ ਪ੍ਰੋਬਲਮ ਸੋਲਵਿੰਗ ਕੋਈ ਪ੍ਰੋਬਲਮ ਆ ਗਈ ਆ ਉਹਨੂੰ ਅਸੀਂ ਸੋਲਵ ਕਿੱਦਾਂ ਕਰਨਾ ਆ ਨੈਗੋਸੀਏਸ਼ਨ ਕੋਈ ਦਿੱਕਤ ਆ ਗਈ ਹੁਣ ਅਸੀਂ ਇਹਦੇ 'ਚ ਸਥਿਤੀ ਨੂੰ ਨੈਗੋਸ਼ੀਏਟ ਕਿਵੇਂ ਕਰਨਾ ਹੈ ਨਾ ਦੋ ਜਾਣਿਆਂ ਦੇ ਵਿੱਚ ਆ ਗਈ ਇਮੋਸ਼ਨਲ ਰੈਗੂਲੇਸ਼ਨ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਹੈ ਨਾ ਮੇਰੇ ਇਮੋਸ਼ਨਸ ਇਸ ਵਕਤ ਮੈਂ ਖੁਦ ਨਹੀਂ ਸਹੀ ਫੀਲ ਕਰ ਰਿਹਾ ਮੈਨੂੰ ਦੂਜੇ ਦੀ ਗੱਲ ਸਮਝ ਨਹੀਂ ਆ ਰਹੀ ਮੈਂ ਬਹੁਤ ਜ਼ਿਆਦਾ ਕਰੋਧ 'ਚ ਹਾਂ ਪਰ ਮੈਂ ਦੇਖਦਾ ਹਾਂ ਕਿ ਮੰਮਾ ਸ਼ਾਂਤ ਹੋ ਜਾਂਦੀ ਹੈ ਮੰਮਾ ਉਸ ਸਥਿਤੀ 'ਚੋਂ ਚਲੇ ਜਾਂਦੀ ਹੈ ਹੈ ਨਾ ਉਸ ਸਥਿਤੀ ਨੂੰ ਅਸੀਂ ਉੱਥੇ ਉਸ ਵਕਤ ਉੱਥੇ ਰੋਕ ਦਿੰਦੇ ਹਾਂ ਸੋ ਅਸੀਂ ਬੱਚਿਆਂ ਨੂੰ ਇਹੀ ਸਮਝਾਉਂਦੇ ਹਾਂ ਜਦੋਂ ਬੱਚੇ ਕਿਸੇ ਹੈ ਨਾ ਮੰਨ ਲਓ ਗੁੱਸੇ 'ਚ ਆ ਕੇ ਮਾਰਤਾ ਫਿਰ ਕਈ ਵਾਰ ਮੈਂ ਬੱਚਿਆਂ ਨੂੰ ਪੁੱਛੂੰਗੀ ਕਿ ਬੇਟਾ ਅਗਰ ਨੈਕਸਟ ਟਾਈਮ ਇੱਦਾਂ ਹੋਇਆ ਤਾਂ ਤੁਸੀਂ ਕੀ ਕਰਨਾ ਚਾਹੋਗੇ ਦੇਖੋ ਜਾਂ ਤਾਂ ਤੁਸੀਂ ਅਗਲੇ ਇਨਸਾਨ ਨਾਲ ਗੱਲ ਕਰ ਸਕਦੇ ਹੋ ਜਾਂ ਤੁਸੀਂ ਉੱਥੋਂ ਜਾ ਸਕਦੇ ਹੋ ਤੁਸੀਂ ਕੀ ਕਰਨਾ ਚਾਹੋਗੇ ਆਪਣੇ ਬੱਚੇ ਨੂੰ ਆਪਸ਼ਨ ਦਿਓ ਅਗਰ ਉਹਨਾਂ ਨੂੰ ਲੱਗਦਾ ਕਿ ਇਸ ਵਕਤ ਮੈਂ ਨਹੀਂ ਗੱਲ ਕਰਨੀ ਤਾਂ ਆਪਾਂ ਨੂੰ ਉਸ ਚੀਜ਼ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਕੋਈ ਗੱਲ ਨਹੀਂ ਬੇਟਾ ਆਪਾਂ ਥੋੜ੍ਹੀ ਦੇਰ ਤੱਕ ਗੱਲ ਕਰਦੇ ਹਾਂ ਬਟ ਅਗਰ ਉਹ ਕਹਿੰਦੇ ਨੇ ਕਿ ਨਹੀਂ ਮੰਮਾ ਮੈਨੂੰ ਇਹ ਚੀਜ਼ ਹੁਣੇ ਰਿਜ਼ੋਲਵ ਕਰਨੀ ਹੈ ਤਾਂ ਇਹ ਆਪਣੇ ਇਮੋਸ਼ਨਲ ਰੈਗੂਲੇਸ਼ਨ ਦਾ ਪਾਰਟ ਨਹੀਂ ਆਪਾਂ ਆਪਣੇ ਬੱਚਿਆਂ ਦੀ ਪ੍ਰੋਬਲਮਸ ਖੁਦ ਸੋਲਵ ਕਰਨ ਨਾਲੋਂ ਉਹਨਾਂ ਨੂੰ ਚਾਂਸ ਦਿਓ ਕਿ ਉਹ ਡਿਸਾਈਡ ਕਰਨ ਕਿ ਉਹ ਉਸ ਸਥਿਤੀ ਨੂੰ ਕਿੱਦਾਂ ਹੈਂਡਲ ਕਰਨਾ ਚਾਹੁੰਦੇ ਨੇ ਕਿਉਂਕਿ ਆਪਾਂ ਨੀਵ ਰੱਖ ਰਹੇ ਹਾਂ ਜਦੋਂ ਵੱਡੇ ਹੋ ਕੇ ਇੱਦਾਂ ਦੀ ਪ੍ਰੋਬਲਮ ਆਊਗੀ ਤਾਂ ਉਹਨੂੰ ਇਹ ਲੋੜ ਨਹੀਂ ਗਾ ਕਿ ਹੁਣ ਮੈਨੂੰ ਮੰਮਾ ਨੂੰ ਫੋਨ ਕਰਨਾ ਪੈਣਾ ਮੰਮਾ ਮੈਂ ਕਿੱਦਾਂ ਕਰਾਂ ਹੁਣ ਹਾਂਜੀ ਹੈ ਨਾ ਉਹਨੂੰ ਪਤਾ ਨਹੀਂ ਇਹ ਪ੍ਰੋਬਲਮ ਆ ਗਈ ਆ ਇਹਨੂੰ ਮੈਂ ਸ਼ਾਇਦ ਇੱਦਾਂ ਹੈਂਡਲ ਕਰ ਸਕਦਾ ਠੀਕ ਹੈ ਜਿਸ ਕਾਰਨ ਅਸੀਂ ਆਪਣੇ ਬੱਚਿਆਂ ਨੂੰ 3 ਸਾਲ ਦੀ ਉਮਰ ਤੋਂ ਤਾਂ ਕੁਛ ਨਾ ਕੁਛ ਸਿਖਾਉਣਾ ਪਹਿਲਾਂ ਹੀ ਕਈ ਜਣੇ ਸ਼ੁਰੂ ਕਰ ਦਿੰਦੇ ਆ ਨੋਜ਼ੀ ਆ ਆਈਜ਼ ਆ ਹੈ ਨਾ ਲਿਪਸ ਔਰ ਬੱਚੇ ਹੱਥ ਲਾ ਲਾ ਕੇ ਦੱਸਦੇ ਵੀ ਹਲੇ ਉਹਨਾਂ ਨੇ ਬੋਲਣਾ ਨਹੀਂ ਸਿੱਖਿਆ ਹੁੰਦਾ ਇਹ ਜਿਹੜੀ ਲਰਨਿੰਗ ਹੈ ਔਰ ਜਿਵੇਂ ਤੁਸੀਂ ਪ੍ਰੋਬਲਮ ਸੋਲਵਿੰਗ ਦੀ ਗੱਲ ਕੀਤੀ ਕਿਵੇਂ ਕਿਵੇਂ ਬੱਚੇ ਨੂੰ ਇੰਟਰੋਡਿਊਸ ਕੀਤੀਆਂ ਜਾਣ ਛੋਟੀਆਂ ਛੋਟੀਆਂ ਚੀਜ਼ਾਂ ਦੇਖੋ ਜੀ ਲਰਨਿੰਗ ਦੀ ਕੋਈ ਹੱਦ ਨਹੀਂ ਜੇ ਤੁਹਾਡਾ ਬੱਚਾ ਕਿਸੇ ਚੀਜ਼ 'ਤੇ ਦਿਲਚਸਪੀ ਦਿਖਾ ਰਿਹਾ ਹੈ ਅਤੇ ਇਹ ਤੁਹਾਡੇ ਕੋਲ ਮੌਕਾ ਉਹਨਾਂ ਨੂੰ ਸਿਖਾਉਣ ਦਾ ਜਿਹੜੀ ਹਰ ਇੱਕ ਬੱਚਾ ਡਿਫਰੈਂਟ ਆ ਹਰ ਇੱਕ ਬੱਚੇ ਦੀਆਂ ਸਟਰੈਂਥਸ ਨੇ ਕੁਛ ਚੀਜ਼ਾਂ ਹੈ ਨਾ ਹਰ ਇੱਕ ਬੱਚੇ ਦੀਆਂ ਵੀਕਨੈਸਿਸ ਨੇ ਹੁਣ ਇਹ ਸਾਡੀ ਬਣਦੀ ਆ ਰਿਸਪੋਂਸੀਬਿਲਿਟੀ ਕਿ ਜਿਹੜੀਆਂ ਉਹਦੀਆਂ ਸਟਰੈਂਥਸ ਨੇ ਅਸੀਂ ਉਹਦੇ 'ਤੇ ਵੀ ਕੰਮ ਕਰੀਏ ਜਿਹੜੀਆਂ ਉਹਦੀਆਂ ਵੀਕਨੈਸਿਸ ਨੇ ਅਸੀਂ ਉਹਦੇ 'ਤੇ ਵੀ ਕੰਮ ਕਰੀਏ ਜਿਵੇਂ ਹੁਣ ਤੁਸੀਂ ਕਿਹਾ ਕਿ ਇੱਕ ਬੱਚਾ ਆ ਹੈ ਨਾ ਉਹਨੂੰ ਸੈਲਫ ਅਵੇਅਰਨੈਸ ਕਵਾਂਗੇ ਮੈਨੂੰ ਪਤਾ ਹੈ ਮੈਨੂੰ ਬੋਲਣਾ ਨਹੀਂ ਆਉਂਦਾ ਇਹ ਆਈਜ਼ ਨੇ ਪਰ ਮੈਨੂੰ ਪਤਾ ਇਹ ਆਈਜ਼ ਨੇ ਹੈ ਨਾ ਮੈਨੂੰ ਬੋਲਣਾ ਨਹੀਂ ਆਉਂਦਾ ਇਹ ਨੋਜ਼ ਹੈ ਬਟ ਇਹ ਨੋਜ਼ ਹੈ ਉਹ ਸੈਲਫ ਅਵੇਅਰਨੈਸ ਹੋ ਗਈ ਬੋਡੀ ਦੀ ਹੈ ਨਾ ਅਤੇ ਉਹ ਬੇਬੀਜ਼ ਵੀ ਕਰਦੇ ਆ ਹੁਣ ਬੇਬੀਜ਼ ਨੂੰ ਤੁਸੀਂ ਸਾਈਨ ਲੈਂਗੁਏਜ ਵੀ ਸਿਖਾ ਸਕਦੇ ਹੋ ਜੇ ਉਹਨਾਂ ਨੇ ਕਹਿਣਾ ਮੋਰ ਹੈ ਨਾ ਅਤੇ ਜਾਂ ਉਹਨਾਂ ਨੇ ਕਹਿਣਾ ਲਵ ਯੂ ਜਾਂ ਥੈਂਕ ਯੂ ਪਲੀਜ਼ ਸਾਰੇ ਉੱਦਾਂ ਆਪਾਂ ਜਿਹੜੀ ਲਰਨਿੰਗ ਆ ਆਪਣਾ ਬ੍ਰੇਨ ਪਹਿਲੇ 3 ਸਾਲ ਸਪੰਜਵਾਂਗਾ ਅੱਛਾ 90% ਬਣ ਜਾਂਦਾ ਜੀ ਅਤੇ ਜਿੰਨਾ ਤੁਸੀਂ ਬੱਚਾ ਤੁਹਾਡਾ ਸਿੱਖਣਾ ਚਾਹੁੰਦਾ ਉਨਾ ਸਿਖਾ ਦਿਓ ਉਹਦੀ ਕੋਈ ਲਿਮਿਟ ਨਹੀਂ ਬਟ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਹਰ ਇੱਕ ਬੱਚੇ ਨੇ 1, 2, 3 ਅਤੇ ਏ ਬੀ ਸੀ ਸਿੱਖ ਲੈਣੀ ਆ ਜੀ ਅਤੇ ਸਾਡਾ ਫੋਕਸ ਉਹ ਤੋਂ ਵੱਡਾ ਹੋਣਾ ਚਾਹੀਦਾ ਸਾਡਾ ਫੋਕਸ ਹੋਣਾ ਸੈਲਫ ਹੈਲਪ ਸਕਿੱਲਸ ਗੁੱਡ ਹਾਂਜੀ ਪੋਟੀ ਟ੍ਰੇਨਿੰਗ ਕੀ ਮੇਰਾ ਬੱਚਾ ਖੁਦ ਸ਼ੂ ਪਾ ਸਕਦਾ ਆ 2-2 ਸਾਲ ਦੇ ਬੱਚੇ ਪਾ ਲੈਂਦੇ ਆ ਹਨਾ ਤੇ ਮੈਂ ਸੌਕਸ ਪਾਉਣੀ ਚਾਹੁੰਦਾ ਮੰਮਾ ਮੈਂ ਖੁਦ ਜੈਕਟ ਪਾਉਣੀ ਆ ਜਾਂ ਹਨਾ ਸੋ ਉਹਦੀ ਕੋਈ ਲਿਮਿਟ ਨਹੀਂ ਅਗਰ ਤੁਹਾਡਾ ਬੱਚਾ ਦਿਲਚਸਪੀ ਦਿਖਾ ਰਿਹਾ ਉਹ ਕਰੋ ਤੇ ਇੱਕ ਚੀਜ਼ ਜਿਹੜੀ ਆਪਣੀ ਮਿਸਿੰਗ ਹੋ ਗਈ ਹੈ ਜੀ ਉਹ ਇਹ ਹੈ ਕਿ ਅਸੀਂ ਮੈਸੀ ਹੋਣ ਤੋਂ ਬਹੁਤ ਡਰਦੇ ਹਾਂ ਹੈ ਨਾ ਬੱਚੇ ਨੂੰ ਸੈਂਸਰੀ ਪਲੇ ਬਹੁਤ ਜ਼ਰੂਰੀ ਹੈ ਛੋਟੀ ਉਮਰ ਆ ਜਿਹੜੀ ਕਿਉਂਕਿ ਜਿਹੜਾ ਸਾਡੇ ਇਮੋਸ਼ਨਸ ਨੇ ਉਹ ਬੱਚਾ ਉਹਦੇ ਨਾਲ ਰੈਗੂਲੇਟ ਕਰਦਾ ਆ ਠੀਕ ਹੈ ਮੈਂ ਇੱਕ ਚੀਜ਼ 'ਤੇ ਜਿਹੜਾ ਫੋਕਸ ਕਰਨਾ ਚਾਹੂੰਗੀ ਉਸ ਲਰਨਿੰਗ ਦੇ ਵਿੱਚ ਸੈਂਸਰੀ ਪਲੇ ਜ਼ਰੂਰ ਪਾਈਏ ਆਪਾਂ ਅਤੇ ਆਪਣੇ ਬੱਚੇ ਨੂੰ ਆਟਾ ਦੇ ਦਿਓ ਥੋੜ੍ਹਾ ਜਿਹਾ ਹੈ ਨਾ ਪਲੇਟ ਦੇ ਕੇ ਉਹ ਸੈਂਸਰੀ ਪਲੇ ਆ ਉਹ ਹੱਥਾਂ ਦੇ ਨਾਲ ਟੱਚ ਕਰ ਰਿਹਾ ਉਹ ਸੌਫਟ ਆ ਹੈ ਨਾ ਆਪਾਂ ਉੱਥੇ ਇੰਡੀਆ ਆਪਾਂ ਕਿੰਨੇ ਸੋਹਣਾ ਰੇਤੇ ਨਾਲ ਖੇਡਦੇ ਹੁੰਦੇ ਸੀ ਜੀ ਗਾਰੇ 'ਚ ਖੇਡਦੇ ਹੁੰਦੇ ਸੀ ਪਾਣੀ 'ਚ ਖੇਡਦੇ ਹੁੰਦੇ ਸੀ ਆਪਣੇ ਬੱਚੇ ਲਈ ਉਹ ਐਕਸਪੀਰੀਅੰਸਿਸ ਕ੍ਰੀਏਟ ਕਰੋ ਕਿਉਂਕਿ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹਦੇ ਇਮੋਸ਼ਨਸ ਨੂੰ ਰੈਗੂਲੇਟ ਕਰਨ ਦੇ ਲਈ ਜ਼ਿਆਦਾਤਰ ਅਗਰ ਅਸੀਂ ਦੇਖਦੇ ਹਾਂ ਜਿਹੜੇ ਬੱਚਿਆਂ ਨੂੰ ਐਂਗਰ ਇਸ਼ੂਜ਼ ਨੇ ਜਾਂ ਇੰਪਲਸ ਕੰਟਰੋਲ ਲਈ ਸਟਰਗਲ ਕਰਦੇ ਆ ਸੋਸ਼ਲ ਇਮੋਸ਼ਨਲ ਸਕਿੱਲਸ ਲਈ ਸਟਰਗਲ ਕਰਦੇ ਆ ਅਸੀਂ ਉਹਨਾਂ ਨੂੰ ਸੈਂਸਰੀ ਪਲੇ ਬਹੁਤ ਜ਼ਿਆਦਾ ਦਿੰਦੇ ਹਾਂ ਓਕੇ ਹਾਂਜੀ ਕਿਉਂਕਿ ਉਹ ਆਊਟਲੈਟ ਆ ਸੋ ਮੈਂ ਬਹੁਤ ਵੱਡੀ ਫੈਨ ਹਾਂ ਮੈਸੀ ਪਲੇ ਦੀ ਜੀ ਅਤੇ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਸਮ ਹਾਓ ਉਹ ਦੁਬਾਰਾ ਰੇਤਾ ਹੈ ਨਾ ਆਪਣੇ ਬੈਕਯਾਰਡ ਦੇ ਵਿੱਚ ਜਾਂ ਇੱਕ ਨਿੱਕੀ ਜਿਹੀ ਬਾਲਟੀ ਦੇ ਵਿੱਚ ਪਾ ਕੇ ਹੈ ਨਾ ਜਾਂ ਉਹਨਾਂ ਨੂੰ ਆਟਾ ਜਾਂ ਪਲੇ ਕਲੇ ਪਲੇ ਡੋ ਮੱਡ ਕੁਛ ਦਿਓ
ਕਿਉਂਕਿ ਉਹ ਚੀਜ਼ਾਂ ਉਹਨਾਂ ਦੇ ਨਾਲ ਰਹਿੰਦੀ ਉਮਰ ਤੱਕ ਰਹਿਣੀਆਂ ਨੇ, ਇਹ ਪੋਜ਼ਿਟਿਵ ਐਕਸਪੀਰੀਐਂਸਸ ਨੇ ਜਿਹੜੇ ਰਹਿੰਦੀ ਉਮਰ ਤੱਕ ਰਹਿਣਗੇ ਨਾ। ਬਿਲਕੁਲ ਠੀਕ ਹੈ। ਆਪਣੇ ਬੱਚੇ ਦੇ ਵਾਸਤੇ ਅਸੀਂ ਸਾਰੇ ਹੀ ਬਹੁਤ ਜ਼ਿਆਦਾ ਉਹਨੂੰ ਪ੍ਰੋਟੈਕਸ਼ਨ ਦੇਣ ਦੇ ਵਿੱਚ ਯਕੀਨ ਰੱਖਦੇ ਹਾਂ, ਹੈ ਵੀ ਉਹਨਾਂ ਦੀ ਤਰਬੀਅਤ, ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦਾ ਪਹਿਨਣਾ, ਉਹਨਾਂ ਦੀ ਪੜ੍ਹਾਈ। ਖਾਸ ਤੌਰ ਦੇ ਉੱਤੇ ਜਦੋਂ ਬੱਚੇ ਜ਼ਿਆਦਾ ਕਰਕੇ ਤੁਹਾਡੇ 'ਤੇ ਡਿਪੈਂਡੈਂਟ ਨੇ, 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਅੱਜ ਗੱਲ ਕਰਦੇ ਹਾਂ, ਭਾਵੇਂ ਕਿ ਕਹਿ ਲਓ ਕਿ 12-13 ਸਾਲ ਤੱਕ ਵੀ ਅਸੀਂ ਜ਼ਿਆਦਾ ਖਿਆਲ ਰੱਖਦੇ ਹਾਂ, ਫਿਰ ਟੀਨਸ ਜਿਹੜੇ ਆ ਉਹ ਸਾਨੂੰ ਹੁੰਦਾ ਕਿ ਚਲੋ ਥੋੜ੍ਹੀ ਬਹੁਤੀ ਇਹਨਾਂ ਨੂੰ ਆਪਣੀ ਸੋਝੀ ਆ ਗਈ ਹੈ, ਇਹ ਹੈਂਡਲ ਕਰ ਸਕਦੇ ਆ ਕੁਝ ਸਿਚੁਏਸ਼ਨਸ ਨੂੰ ਆਪ ਹੀ, ਅਤੇ ਅਸੀਂ ਥੋੜ੍ਹੇ ਜਿਹੇ ਵਿਹਲੇ ਮਹਿਸੂਸ ਕਰਦੇ ਹਾਂ ਉਸ ਪੱਖੋਂ ਵੈਨ ਇਟ ਕਮਸ ਟੂ ਪੇਰੈਂਟਿੰਗ। ਬਟ ਉਸ ਦੌਰਾਨ ਕਿਉਂਕਿ ਕਰੂਸ਼ਲ ਸਟੇਜ ਹੋ ਜਾਂਦੀ ਹੈ, ਤਾਂ ਵੀ ਅਸੀਂ ਆਪਣਾ ਪੂਰਾ ਟਾਈਮ ਕਿ ਇਹ ਗਲਤ ਰਾਹੀਂ ਨਾ ਪੈ ਜਾਣ, ਇੱਦਾਂ ਵੀ ਉਹਨਾਂ ਦਾ ਧਿਆਨ ਰੱਖਣਾ ਚਾਹੁੰਦੇ ਹੁੰਦੇ ਹਾਂ। ਜਸਕਿਰਨ, ਇਹ ਥੋੜ੍ਹਾ ਜਿਹਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀਗਾ ਨਾ, ਮੈਨੂੰ ਲੱਗਦਾ ਪੇਰੈਂਟਸ ਹੋਰ ਜਾਣਨਾ ਚਾਹੂਗੇ, ਜਦੋਂ ਬੱਚੇ ਟੈਂਟਰਮਸ ਲਾਈਕ ਉਹ ਰੈਗੂਲੇਟਡ ਨਹੀਂ ਹੈ, ਉਹਨਾਂ ਨੂੰ ਤੁਸੀਂ ਸੰਭਾਲ ਨਹੀਂ ਪਾ ਰਹੇ, ਉਹ ਤੁਹਾਡੀ ਸੁਣ ਨਹੀਂ ਪਾ ਰਹੇ, ਉਹਨਾਂ 'ਚ ਜ਼ੋਰ ਇੰਨਾ ਜ਼ਿਆਦਾ ਆ ਜਾਂਦਾ, ਬੱਚਿਆਂ ਥੱਲੇ ਫਰਸ਼ 'ਤੇ ਪੈ ਜਾਂਦੇ ਆ, ਉਹ ਨਿੱਕਾ ਜਿਹਾ 3 ਸਾਲ ਦਾ ਨਿਆਣਾ ਇਕੱਠਾ ਹੀ ਨਹੀਂ ਹੁੰਦਾ ਸਾਡੇ ਕੋਲੋਂ, ਅਸੀਂ ਐਡਰੈਸ ਉਹਨੂੰ ਚੱਕ ਨਹੀਂ ਸਕਦੇ। ਬਿਲਕੁਲ ਜੀ, ਅਤੇ ਇਹ ਤੁਸੀਂ ਗੱਲ ਬਿਲਕੁਲ ਸਹੀ ਕਹੀ ਗੁਰਪ੍ਰੀਤ, ਟੈਂਟਰਮਸ ਹੈ ਕੀ, ਤੁਸੀਂ ਕਿਹਾ ਕਿ ਬੱਚਾ ਰੈਗੂਲੇਟਡ ਫੀਲ ਨਹੀਂ ਕਰ ਰਿਹਾ, ਅਤੇ ਹੁਣ ਡਿਪੈਂਡ ਕਰਦਾ, ਅਗਰ ਤਾਂ ਹੈਗਾ ਥੋੜ੍ਹਾ ਟੋਡਲਰ ਹੈ ਨਾ, 3 ਸਾਲ ਤੋਂ ਨੀਚੇ ਦਾ ਬੱਚਾ ਆ, 3 ਸਾਲ ਤੋਂ ਛੋਟੀ ਉਮਰ ਦਾ ਬੱਚਾ ਜ਼ਿਆਦਾਤਰ ਤੁਸੀਂ ਡਿਸਟਰੈਕਟ ਕਰ ਸਕਦੇ ਹੋ, ਅਤੇ ਅਗਰ ਤੁਹਾਡਾ ਬੱਚਾ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਡਿਸਟਰੈਕਟ ਕਰ ਸਕਦੇ, ਇਹਦਾ ਮਤਲਬ ਕਿ ਉਹ ਰੈਡੀ ਨੇ ਬਾਉਂਡਰੀਜ਼ ਵਾਸਤੇ। ਐਜ਼ ਐਨ ਐਡਲਟ, ਐਜ਼ ਅ ਪੇਰੈਂਟ, ਤੁਹਾਡੀਆਂ ਕੀ ਬਾਉਂਡਰੀਜ਼ ਨੇ? ਹੁਣ ਤੁਸੀਂ ਮੰਨ ਲਓ, ਤੁਸੀਂ ਕਿਹਾ ਕਿ ਆਪਾਂ ਅੱਜ ਗਰੋਸਰੀ ਸਟੋਰ ਜਾਣਾ ਬੇਟਾ, ਤੁਸੀਂ ਸਿਰਫ 1 ਟੋਏ ਲੈ ਸਕਦੇ ਹੋ, ਹੈ ਨਾ, ਅਤੇ ਨਹੀਂ ਉਹਨਾਂ ਨੂੰ ਤਾਂ ਜੀ 3 ਟੋਏ ਚਾਹੀਦੇ ਨੇ। ਜੇ ਟੋਡਲਰ ਹੈਗਾ ਆ, ਕਿ ਤੁਹਾਨੂੰ ਪਤਾ ਕਿ ਬੱਚੇ ਨੇ ਭੁੱਲ ਜਾਣਾ ਉਸ ਚੀਜ਼ ਬਾਰੇ, ਕੀ ਮੈਟਰ ਕਰਦਾ ਕਿ ਅਸੀਂ ਫਾਈਟ ਕਰੀਏ ਤਾਂ ਉਹਨੂੰ ਉਹ ਚੀਜ਼ ਸਮਝਾਈਏ, ਹੈ ਨਾ? ਇਹ ਆਪਣੇ ਤਾਂ ਹੁਣ ਇੰਡੀਵਿਜੁਅਲੀ ਡਿਪੈਂਡ ਕਰਦਾ ਹੈ। ਜੇ ਮੈਂ ਇਸ ਸਥਿਤੀ 'ਚ ਆਊਂਗੀ ਤਾਂ ਮੈਂ ਆਪਣੇ ਬੇਟੇ ਨੂੰ ਕਾਰਡ 'ਚ ਰੱਖ ਲੈਣ ਦਿੰਦੀ ਹਾਂ, ਅਤੇ ਉਹ ਤੋਂ ਬਾਅਦ ਰੱਖ ਦਿੰਦੀ ਹਾਂ ਬਾਹਰ, ਅਤੇ ਉਹਨੂੰ ਯਾਦ ਵੀ ਨਹੀਂ ਹੁੰਦਾ ਅਤੇ ਉਹ ਐਂਡ 'ਚ 1 ਟੋਏ ਲੈ ਕੇ ਬਾਹਰ ਆ ਜਾਂਦਾ, ਖੁਸ਼ ਹੁੰਦਾ। ਹੁਣ ਅਗਰ ਹੈਗਾ ਮੇਰਾ ਪ੍ਰੀ ਸਕੂਲਰ ਜੀ, ਹੁਣ ਉਹ ਵੱਡਾ ਹੋ ਗਿਆ, ਉਹਨੂੰ ਯਾਦ ਹੈ 'ਚ ਮੈਂ 3 ਟੋਏ ਰੱਖੇ ਸੀਗੇ ਕਾਰਡ 'ਚ, ਅਤੇ ਹੁਣ ਉਹ ਦੂਜੇ 2 ਟੋਏ ਕਿੱਥੇ ਨੇ ਮੰਮਾ, ਹੈ ਨਾ? ਸੋ ਉੱਥੇ ਅਸੀਂ ਹੁਣ ਬਾਉਂਡਰੀ ਸੈੱਟ ਕਰ ਸਕਦੇ ਹਾਂ। ਅਸੀਂ ਜਦੋਂ ਬੱਚਾ ਟੈਂਟਰਮ ਕਰ ਰਿਹਾ ਹੁੰਦਾ, ਅਸੀਂ ਐਜ਼ ਐਡਲਟਸ ਅਸੀਂ ਬਹੁਤ ਘਬਰਾ ਜਾਂਦੇ ਹਾਂ ਕਿ ਸਾਨੂੰ ਹੁਣ ਜੱਜ ਕਰਨਗੇ ਲੋਕ, ਹਾਂ, ਆਲੇ ਦੁਆਲੇ ਦੇ ਲੋਕਾਂ ਦੀ ਫਿਕਰ ਪੈ ਜਾਂਦੀ ਹੈ, ਆਲੇ ਦੁਆਲੇ ਦੇ ਲੋਕ ਜੱਜ ਕਰਨਗੇ। ਤੁਸੀਂ ਉਹਦੀ ਫਿਕਰ ਨਾ ਕਰੋ, ਆਪਾਂ ਜਿੰਨੇ ਵੀ ਪੇਰੈਂਟ ਹੁੰਦੇ ਹਾਂ, ਆਪਾਂ ਉਸ ਸਥਿਤੀ 'ਚ ਗਏ ਹੋਏ ਹਾਂ, ਤਾਂ ਤੁਹਾਨੂੰ ਕੋਈ ਜੱਜ ਨਹੀਂ ਕਰ ਰਿਹਾ। ਤੁਸੀਂ ਬਾਉਂਡਰੀ ਰੱਖੀ ਆ ਕਿ ਅਗਰ ਤੁਸੀਂ 1 ਟੋਏ ਲੈਣਾ ਆ, ਹੈ ਨਾ, ਅਤੇ ਆਪਾਂ 1 ਟੋਏ ਹੀ ਲੈਣਾ, ਅਗਰ ਤੁਸੀਂ ਜ਼ਿਆਦਾ ਟੋਏ ਮੰਗਣ ਦੀ ਕੋਸ਼ਿਸ਼ ਕਰੋਗੇ ਤਾਂ ਨੈਕਸਟ ਟਾਈਮ ਤੁਸੀਂ ਮੰਮਾ ਨਾਲ ਨਹੀਂ ਆ ਸਕਦੇ, ਔਰ ਨੈਕਸਟ ਟਾਈਮ ਆਪਾਂ ਇੱਦਾਂ ਨਹੀਂ ਕਰ ਸਕਦੇ। ਔਰ ਯੂਜੁਅਲੀ ਇਹ ਹੁੰਦਾ ਕਿ ਤੁਸੀਂ ਸਾਰਾ ਕੁਝ ਉੱਥੇ ਡ੍ਰੌਪ ਕਰਕੇ ਤੁਸੀਂ ਯੂ ਕੈਨ ਲੀਵ, ਕਿਉਂਕਿ ਹੁਣ ਤੁਹਾਡੇ ਬੱਚੇ ਨੂੰ ਪਤਾ ਲੱਗ ਗਿਆ ਕਿ ਮੰਮਾ ਜਾਂ ਡੈਡਾ ਨੇ ਆਪਣੇ ਗਰਾਊਂਡਸ, ਉਹਨਾਂ ਨੇ ਉੱਥੇ ਰਹਿਣਾ ਹੈ ਆਪਣੇ ਵਰਡਸ ਦੇ ਉੱਤੇ। ਜੇ ਮੈਂ ਟੈਂਟਰਮ ਕਰਕੇ ਮੈਂ ਜਿੱਤ ਗਿਆ, ਜੇ ਅੱਜ ਮੈਂ 5 ਮਿੰਟ ਦਾ ਟੈਂਟਰਮ ਕਰਕੇ ਜਿੱਤ ਗਿਆ, ਕੱਲ੍ਹ ਨੂੰ ਮੇਰਾ ਟੈਂਟਰਮ 10 ਮਿੰਟ ਦਾ ਹੋਊਗਾ, ਕਿਉਂਕਿ ਮੈਨੂੰ ਪਤਾ ਆ ਮੈਂ ਜਿੱਤ ਜਾਣਾ। ਜੇ ਮੈਨੂੰ ਪਤਾ ਕਿ ਮੈਂ ਨਹੀਂ ਜਿੱਤਣਾ ਤਾਂ ਮੈਂ ਗਿਵ ਅਪ ਕਰ ਦੇਊਂਗਾ, ਮੈਂ ਟੈਂਟਰਮ ਨਹੀਂ ਕਰੂੰਗਾ। ਸੋ ਹੁਣ ਇਹ ਸਾਡੇ 'ਤੇ ਡਿਪੈਂਡ ਕਰਦਾ ਅਸੀਂ ਉਸ ਸਥਿਤੀ ਨੂੰ ਕਿੱਦਾਂ ਹੈਂਡਲ ਕੀਤਾ, ਕਿਉਂਕਿ ਜ਼ਿਆਦਾਤਰ ਆਪਣੇ ਇਹ ਹੁੰਦਾ ਕੋਈ ਨਾ ਰੋਂਦਾ ਜਾਂ ਦੇ ਦਿਓ, ਲੈਣ ਦਿਓ, ਹੈ ਨਾ? ਨਹੀਂ ਜੀ, ਅਗਰ ਸਾਡਾ ਬੱਚਾ ਉਸ ਲੈਵਲ 'ਤੇ ਆ ਗਿਆ ਕਿ ਉਹਨੂੰ ਸਮਝ ਆ, ਫਿਰ ਅਸੀਂ ਬਾਉਂਡਰੀ ਰੱਖਣੀ ਆ ਕਿ ਆਪਾਂ ਪ੍ਰੋਮਿਸ ਕੀਤਾ ਸੀ ਕਿ ਤੁਸੀਂ ਸਿਰਫ 1 ਟੋਏ ਲਾਉਂਗੇ, ਤੁਸੀਂ ਪ੍ਰੋਮਿਸ ਨਹੀਂ ਰੱਖਿਆ, ਤਾਂ ਹੁਣ ਮੰਮਾ ਵੀ ਆਪਣਾ ਪ੍ਰੋਮਿਸ ਨਹੀਂ ਰੱਖੂਗੀ। ਸੋ ਹੁਣ ਆਪਾਂ ਜਾ ਰਹੇ ਹਾਂ ਵਾਪਸ। ਕੁਝ ਮਾਈਲਸਟੋਨਸ ਵੀ ਇਸ ਏਜ ਦੇ ਵਿੱਚ ਸੈੱਟ ਹੋ ਰਿਹਾ। ਉਹਨਾਂ ਨੇ ਪਹਿਲਾਂ ਤਾਂ ਤੁਹਾਡੀ ਗੋਦੀ ਚੜੇ ਰਹਿੰਦੇ, ਫਿਰ ਰੋੜਨਾ ਸ਼ੁਰੂ ਕਰਦੇ ਆ, ਫਿਰ ਤੁਰਨਾ, ਫਿਰ ਭੱਜਣਾ ਸ਼ੁਰੂ ਕਰਦੇ ਆ, ਫਿਰ ਉਹਨਾਂ ਨੇ ਹਰ ਇੱਕ ਚੀਜ਼ ਨੂੰ ਟੱਚ ਕਰਕੇ ਵੇਖਣਾ ਆ, ਅਤੇ ਉਹਦੇ 'ਚ ਵੀ ਪੇਰੈਂਟਸ ਨੂੰ ਕਿਤੇ ਨਾ ਕਿਤੇ ਖਿਆਲ ਹੁੰਦਾ। ਅਤੇ ਜਦੋਂ ਉਹਨਾਂ ਨੇ ਕੁਝ ਸਿੱਖਣਾ, ਬੋਲਣਾ ਸ਼ੁਰੂ ਕੀਤਾ, ਅਤੇ ਕਈਆਂ ਦਾ ਬੋਲਣਾ ਪਹਿਲਾਂ ਸ਼ੁਰੂ ਹੋ ਜਾਣਾ, ਕਈਆਂ ਦਾ ਬਾਅਦ 'ਚ, ਕਈ ਵਾਰੀ ਰਿਸਪੋਂਸ ਜਿਹੜਾ ਉਹ ਛੇਤੀ ਕਰ ਲੈਂਦੇ, ਬੱਚੇ ਸਿੱਖ ਛੇਤੀ ਜਾਂਦੇ ਆ, ਛੇਤੀ ਛੇਤੀ ABC ਸੁਣਾ ਦਿੰਦੇ ਆ, ਕਈ ਬਾਅਦ 'ਚ। ਅਤੇ ਜਦੋਂ ਪੇਰੈਂਟਸ ਇਕੱਠੇ ਬੈਠੇ ਹੁੰਦੇ ਆ, ਤਾਂ ਉਹ ਜਦੋਂ ਕੰਪੈਰੀਜ਼ਨ 'ਚ ਆਉਂਦੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਹਰ ਇੱਕ ਬੱਚਾ ਡਿਫਰੈਂਟ ਆ, ਅਤੇ ਕੰਪੈਰੀਜ਼ਨ ਕਰਨਾ ਚੰਗੀ ਗੱਲ ਨਹੀਂ ਹੈਗੀ। ਕਈ ਬੱਚਾ ਜਿਵੇਂ ਆਪਾਂ ਕਿਹਾ, ਅਤੇ ਇਸ ਚੀਜ਼ ਦਾ ਐਕਚੁਅਲੀ ਬਹੁਤ ਨੈਗੇਟਿਵ ਇੰਪੈਕਟ ਆ ਕੰਪੈਰੀਜ਼ਨ ਦਾ, ਕਿਉਂਕਿ ਅਸੀਂ ਆਪਣੇ ਬੱਚੇ ਨੂੰ ਜਿਹੜੀ 3rd stage ਹੈਗੀ ਆ, ਜਿਹੜਾ ਬੱਚਾ ਜਾਂਦਾ ਆ, ਹੈ ਨਾ, ਉਹ ਹੁੰਦੀ ਆ ਇੰਡੀਪੈਂਡੈਂਸ ਵਰਸਿਸ ਸ਼ੇਮ। ਮੇਰੇ ਪੇਰੈਂਟਸ ਨੂੰ ਮੈਨੂੰ ਛੱਡ ਕੇ ਕਿਸੇ ਹੋਰ ਦੇ ਬੱਚੇ ਦਾ ਉਹ, ਹੈ ਨਾ, ਉਹਨਾਂ 'ਚ ਪ੍ਰਾਈਡ ਲੈ ਰਹੇ ਨੇ, ਤਾਂ ਮੈਨੂੰ ਸੈਲਫ ਡਾਊਟ ਆਊਗਾ ਕਿ ਮੈਂ ਸ਼ਾਇਦ ਗੁੱਡ ਇਨਫ ਨਹੀਂ ਹੈਗਾ। ਅਤੇ ਉਹ ਬੱਚੇ ਨੇ ਜਿਹੜੇ, ਉਹਨਾਂ ਦੀ ਜਿਹੜੀ ਇਮੇਜ ਆ ਖੁਦ ਦੀ, ਉਹ ਨੈਗੇਟਿਵ ਬਣ ਜਾਂਦੀ ਆ, ਅਤੇ ਫਿਰ ਉਹਨਾਂ ਨੂੰ ਆਉਂਦੀ ਲਾਈਫ ਦੇ ਵਿੱਚ ਬਹੁਤ ਟ੍ਰਬਲਸ ਆਉਂਦੀਆਂ ਨੇ।
ਸੋ ਕਦੇ ਵੀ ਆਪਣੇ ਬੱਚੇ ਦਾ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਹਮੇਸ਼ਾ ਆਪਣੇ ਬੱਚੇ ਦੀਆਂ ਸਟਰੈਂਥਸ ਦੇਖੋ। ਸ਼ਾਇਦ ਟਰਾਈ ਕਰੋ ਕਿ ਤੁਸੀਂ ਇੱਦਾਂ ਦੀ ਗੱਲ ਦੇ ਵਿੱਚ ਇਨਵੋਲਵ ਹੀ ਨਾ ਕਰੋ, ਕਿਉਂਕਿ ਇਹ ਇੱਕ ਹੈਲਥੀ ਟੌਪਿਕ ਨਹੀਂ ਹੈਗਾ, ਹੈ ਨਾ। ਬੱਚੇ ਦੇ ਕੰਪੈਰੀਜ਼ਨ ਹੈਲਥੀ ਟੌਪਿਕ ਨਹੀਂ ਹੈਗਾ। ਸ਼ਾਇਦ ਸਾਨੂੰ ਕਨਵਰਸੇਸ਼ਨ ਦਾ ਟੌਪਿਕ ਹੀ ਡਿਫਰੈਂਟ ਪਿਕ ਕਰਨਾ ਚਾਹੀਦਾ। ਅੱਛਾ, ਹਾਂਜੀ, ਖਾਸ ਤੌਰ ਤੇ ਬੱਚਿਆਂ ਦੇ ਮੋਹਰੇ ਤੇ ਨਾ ਹੀ ਕੀਤਾ ਜਾਵੇ ਜੇ ਫਿਕਰ ਵੀ ਹੈ ਤੁਹਾਨੂੰ। ਅਗਰ ਹਾਂਜੀ, ਅਗਰ ਸਾਨੂੰ ਫਿਕਰ ਆ, ਅਸੀਂ ਉਹਨੂੰ ਐਜ਼ ਆਫ ਕਰਿਓਸਿਟੀ ਕੁਐਸਚਨ ਪੁੱਛਣਾ ਆ, ਨਾ ਕਿ ਕੰਪੈਰੀਜ਼ਨ। ਕਰਿਓਸਿਟੀ ਤੇ ਕੰਪੈਰੀਜ਼ਨ ਡਿਫਰੈਂਟ ਆ। ਯਾਰ ਮੈਨੂੰ ਨਹੀਂ ਪਤਾ ਕਿ ਮੇਰਾ ਬੇਟਾ ਕਿਉਂ ਨਹੀਂ ਬੋਲਣ ਲੱਗ ਗਿਆ, ਇਨਸਟੈਡ ਆਫ ਤੇਰਾ ਮੁੰਡਾ ਤਾਂ ਇੰਨਾ ਬੋਲਦਾ, ਮੇਰਾ ਕਾਹਤੋਂ ਨਹੀਂ ਬੋਲਦਾ, ਰਾਈਟ? ਲਾਈਕ ਅਗੇਨ, ਲਾਈਕ ਉਹਨੂੰ ਥੋੜ੍ਹਾ ਜਿਹਾ ਕਰਿਓਸਿਟੀ ਤੋਂ ਲੈ ਕੇ ਆਓ। ਅਗਰ ਤੁਹਾਨੂੰ ਕੰਸਰਨਸ ਹੈਗੇ ਨੇ, ਜਿਹੜਾ ਤੁਹਾਡਾ ਡਾਕਟਰ ਆ, ਤੁਹਾਡਾ ਬ੍ਰੈਸਟ ਰਿਜ਼ੋਰਸ ਆ, ਆਪਣੇ ਡਾਕਟਰ ਕੋਲ ਜਾਓ, ਉਹ ਤੁਹਾਨੂੰ ਪੀਡੀਆਟ੍ਰੀਸ਼ੀਅਨ ਨੂੰ ਰੈਫਰ ਕਰਨਗੇ, ਅਤੇ ਪ੍ਰੋਪਰ ਸਪੋਰਟ ਅਵੇਲੇਬਲ ਹੈਗੀ ਆ। ਅਗਰ ਤੁਹਾਡਾ ਬੱਚਾ ਪ੍ਰੀ ਸਕੂਲ ਜਾਂਦਾ ਆ, ਬਹੁਤ ਸਾਰੀ ਫ੍ਰੀ ਸਪੋਰਟ ਅਵੇਲੇਬਲ ਹੈਗੀ ਆ 6 ਸਾਲ ਤੱਕ ਦੀ ਉਮਰ ਤੱਕ, ਠੀਕ ਹੈ। ਅਗਰ ਤੁਹਾਡਾ ਬੱਚਾ ਪ੍ਰੀ ਸਕੂਲ ਜਾਂਦਾ ਤਾਂ ਵੀ, ਅਗਰ ਉਹ ਨਹੀਂ ਜਾਂਦਾ ਤਾਂ ਵੀ, ਅਗਰ ਉਹ ਡੇਅ ਕੇਅਰ ਜਾਂਦੇ ਤਾਂ ਵੀ। ਸੋ ਉਹ ਅੱਗੇ ਜਿਹੜੇ ਰਿਸੋਰਸਿਸ ਹੈਗੇ ਆ ਉਹ ਅਵੇਲੇਬਲ ਹੈਗੇ ਆ, ਆਪਾਂ ਉਹਨਾਂ ਬਾਰੇ ਡਿਟੇਲ 'ਚ ਬਾਅਦ 'ਚ ਗੱਲ ਕਰ ਸਕਦੇ ਹਾਂ। ਬਟ ਐਜ਼ ਐਨ ECE ਮੈਂ ਬਿਲਕੁਲ ਕੰਪੈਰੀਜ਼ਨ ਦੇ ਹੱਕ ਦੇ ਵਿੱਚ ਨਹੀਂ ਹੈਗੀ, ਕਿਉਂਕਿ ਹਰ ਇੱਕ ਬੱਚਾ ਯੂਨੀਕ ਹੈ ਜੀ। ਹਰ ਇੱਕ ਬੱਚੇ ਨੂੰ ਮਹਿਸੂਸ ਹੋਣਾ ਚਾਹੀਦਾ ਕਿ ਉਹ ਲਵਡ ਨੇ, ਉਹ ਆਪਣੇ ਮਾਂ ਪਿਓ ਦੇ ਸਭ ਤੋਂ ਸਪੈਸ਼ਲ ਨੇ, ਠੀਕ ਹੈ, ਹੈ ਨਾ। ਇਹ ਜਿਹੜੇ ਬੱਚੇ ਜਿੱਦਾਂ ਅਸੀਂ ਬੈਠੇ ਹੁੰਦੇ ਹਾਂ, ਵੀ 4 ਸਾਲ ਦੀ ਬੇਟੀ ਮੇਰੇ ਨਾਲ ਹੀ ਲੱਗ ਕੇ ਬੈਠਣ ਪਸੰਦ ਕਰਦੀ ਹੈ, ਵੀ ਉਹਨੂੰ ਅਸੀਂ ਕਹਿੰਦੇ ਜਾ ਕੇ ਖੇਡ ਲਾ, ਪਰ ਉਹ ਨਹੀਂ, ਨਾਲ ਲੱਗੀ ਜਾਣਾ, ਸਾਰਿਆਂ ਦੇ ਵਿੱਚ ਬੈਠੇ ਆ, ਉਹ ਵੱਖ ਨਹੀਂ ਹੋਣਾ ਚਾਹੁੰਦੇ ਆਪਣੇ ਪੇਰੈਂਟਸ ਤੋਂ, ਉਹ ਕੀ ਕਿਤੇ ਬੱਚੇ ਇਨਸਿਕਿਓਰ ਫੀਲ ਕਰ ਰਹੇ ਆ। ਹਰ ਇੱਕ ਬੱਚੇ ਦਾ ਟੈਂਪਰਾਮੈਂਟ ਡਿਫਰੈਂਟ ਹੁੰਦਾ। ਇੱਕ ਹੁੰਦੇ ਆ ਸਲੋ ਟੂ ਵਾਰਮ ਅਪ, ਇੱਕ ਹੁੰਦੇ ਆ ਸ਼ਾਏ, ਇੱਕ ਹੁੰਦੇ ਜਿਹੜੇ ਬਿਲਕੁਲ ਘੁਲ ਮਿਲ ਜਾਂਦੇ ਆ। ਅੱਛਾ, ਹੁਣ ਤੁਹਾਨੂੰ ਜੇ ਤੁਹਾਨੂੰ ਲੱਗਦਾ ਕਿ ਮੇਰੇ ਬੱਚੇ ਦਾ ਟੈਂਪਰਾਮੈਂਟ ਸ਼ਾਏ ਆ, ਤਾਂ ਉਹਦੇ ਵਿੱਚ ਸ਼ਾਇਦ ਤੁਹਾਨੂੰ ਥੋੜ੍ਹੀ ਜਿਹੀ ਐਫਰਟ ਪਾਉਣ ਦੀ ਲੋੜ ਆ। ਅਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹੈਗੀ ਆ ਸੋਸ਼ਲ ਇਮੋਸ਼ਨਲ ਸਕਿੱਲਸ ਦੀ, ਕਿ ਉਹਨਾਂ ਨੂੰ ਮੈਂ ਸ਼ੁਰੂ ਤੋਂ ਐਕਸਪੀਰੀਅੰਸ ਦਿੱਤਾ ਜਿੱਥੇ ਮੈਂ ਉਹਨਾਂ ਨੂੰ ਆਪਣੇ ਤੋਂ ਵੱਖ ਹੋਣ ਦਿੱਤਾ ਤਾਂ ਕਿ ਉਹ ਦੂਜਿਆਂ ਨਾਲ ਜਾ ਕੇ ਪਲੇ ਕਰ ਸਕਣ। ਟਰੂ। ਅਤੇ ਹੁਣ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਸ਼ਾਏ ਹੈ ਅਤੇ ਇਸ ਏਰੀਆ ਦੇ ਵਿੱਚ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਉਹ ਗਰੋ ਕਰਨ, ਹੁਣ ਐਜ਼ ਅ ਪੇਰੈਂਟ ਤੁਹਾਨੂੰ ਪਰਪਸਲੀ ਐਫਰਟ ਪਾਉਣੀ ਪੈਣੀ ਆ। ਮੇ ਬੀ ਮੈਂ ਆਪਣੇ ਬੱਚੇ ਨੂੰ ਪਾਰਕ 'ਚ ਜ਼ਿਆਦਾ ਲੈ ਕੇ ਜਾਵਾਂ, ਜੇ ਮੈਨੂੰ ਲੱਗਦਾ ਕਿ ਉਹ ਕਿਤੇ ਕੰਫਰਟੇਬਲ ਹੋ ਰਹੇ ਆ, ਮੈਂ ਸ਼ਾਇਦ ਉਹਨਾਂ ਦੇ ਨਾਲ ਬੈਠ ਕੇ ਖੇਡਣ ਲੱਗ ਜਾਵਾਂ। ਸ਼ਾਇਦ ਮੇਰੇ ਬੱਚੇ ਨੂੰ ਪਲੇ ਸੈਂਟਰ ਨਹੀਂ ਕਰਨਾ ਆਉਂਦਾ, ਸ਼ਾਇਦ ਨਹੀਂ ਕਹਿਣਾ ਆਉਂਦਾ ਯਾਰ ਮੈਂ ਤੁਹਾਡੇ ਨਾਲ ਖੇਡਣਾ, ਮੈਂ ਕਿੱਦਾਂ ਖੇਡਾਂ, ਤਾਂ ਸ਼ਾਇਦ ਐਜ਼ ਅ ਪੇਰੈਂਟ ਮੈਂ ਉਹਨਾਂ ਨਾਲ ਬੈਠ ਕੇ, ਹੈ ਨਾ, ਤੁਸੀਂ ਉਹਨਾਂ ਨਾਲ ਬਹਿ ਜਾਓ, ਉਹਨਾਂ ਨਾਲ ਖੇਡੋ, ਅਤੇ ਜਦ ਤੁਹਾਨੂੰ ਲੱਗਦਾ ਕਿ ਹਾਂ ਹੁਣ ਮੇਰੇ ਬੱਚੇ ਦਾ ਪੈਚਅਪ ਹੋ ਗਿਆ, ਇੱਥੇ ਦੋਸਤੀ ਪੈ ਗਈ ਆ, ਤਾਂ ਤੁਸੀਂ ਸਾਇਮਲਟੇਨੀਅਸਲੀ ਹਲਕੇ ਹਲਕੇ ਆਪਣੇ ਸਟੈਪ ਲੈ ਕੇ ਉਸ ਸਿਚੁਏਸ਼ਨ 'ਚੋਂ ਬਾਹਰ ਆ ਜਾਓ, ਖਿਸਕ ਜਾਓ, ਖਿਸਕ ਜਾਓ, ਪਰ ਆਲੇ ਦੁਆਲੇ ਰਹੋ, ਆਲੇ ਦੁਆਲੇ। ਹੁਣ ਕਿਉਂਕਿ 4 ਸਾਲ ਦੇਖ ਲਓ ਹੋ ਗਏ, ਵੀ ਕਈਆਂ ਨੂੰ ਮੈਂ ਆਪਾਂ ਕਹਿੰਦੇ ਸੁਣਿਆ ਮੇਰਾ ਬੱਚਾ ਕੋਵਿਡ ਬੇਬੀ ਹੈ, ਹੁਣ ਉਹ 4 ਸਾਲ ਦੇ ਹੋ ਗਏ ਨਿਆਣੇ ਦੇਖ ਲਓ, ਹਾਂਜੀ, ਕੋਵਿਡ ਦੇ ਟਾਈਮ ਤੋਂ ਬਾਅਦ, ਤਾਂ ਉਹਨਾਂ ਦੀਆਂ ਸੋਸ਼ਲ ਇਮੋਸ਼ਨਲ ਸਕਿੱਲਸ ਦੇ ਵਿੱਚ ਤਾਂ ਫਰਕ ਸੀਗਾ ਹੀ, ਨੋ ਡਾਊਟ। ਬਿਗ ਟਾਈਮ ਕਨਵਰਸੇਸ਼ਨ ਜਿਹੜੀ ਪੇਰੈਂਟਸ ਦੀ ਹੁੰਦੀ ਹੈ ਕਿ ਬੱਚੇ ਨੂੰ ਸਕਰੀਨ ਦੇ ਤੀ, ਫੜਾ ਤੀ, ਜਾਂ ਅਸੀਂ ਆਪ ਨਹੀਂ ਵੀ ਫੜਾਈ, ਉਹ ਪਿੱਛੇ ਪੈ ਜਾਂਦੇ ਆ, ਸਾਡੇ ਮਗਰ ਪੈ ਜਾਂਦੇ, ਮੈਨੂੰ ਫੋਨ ਦੇ ਦਿਓ, ਕੀ ਕਹੋਗੇ? ਇਹ ਜੀ ਹੈ ਜੀ, ਦਲਦਲ ਹੈ ਜੀ, 'ਚ ਆਪਾਂ ਸਾਰੇ ਫਸ ਚੁੱਕੇ ਹਾਂ ਗੁਰਪ੍ਰੀਤ, ਅਤੇ ਬੱਚੇ ਹੀ ਨਹੀਂ, ਆਪਾਂ ਵੱਡੇ ਬੁੜੇ ਸਾਰੇ ਇਹਦੇ 'ਚ ਫਸ ਚੁੱਕੇ ਹਾਂ ਜੀ, ਬਜ਼ੁਰਗ ਲੈ ਕੇ, ਹਾਂਜੀ। ਅਤੇ ਹੁਣ ਜਿਹੜੀ ਇਹ ਦਲਦਲ ਹੈ, ਇਹਦੇ 'ਚੋਂ ਨਿਕਲਣਾ ਬੜਾ ਮੁਸ਼ਕਿਲ ਹੈ, ਕਿਉਂਕਿ ਜਿਹੜੇ ਸਾਡੇ ਕੰਮ ਨੇ, ਜਿਹੜੇ ਸਾਡੇ ਸਕੈਜੂਲ ਨੇ, ਉਹ ਇੱਦਾਂ ਦੇ ਹੋ ਗਏ ਨੇ ਕਿ ਹੁੰਦਾ ਆ ਕਿ ਸਕਰੀਨ ਫੜਾ ਦਿਓ, ਛੇਤੀ ਛੇਤੀ ਰੋਟੀ ਪਕਾ ਲਈਏ ਜੀ, ਸਫਾਈਆਂ ਕਰ ਲਈਏ, ਲੰਚ ਪੈਕ ਕਰ ਲਈਏ, ਹੈ ਨਾ। ਅਤੇ ਹੁਣ ਸਾਨੂੰ ਪਤਾ ਹੈ ਕਿ ਇਹ ਦਲਦਲ 'ਚੋਂ ਨਿਕਲ ਕੇ ਨਹੀਂ ਹੋਣਾ ਬਹੁਤ ਮੁਸ਼ਕਿਲ ਹੈ, ਅਤੇ ਹੁਣ ਅਸੀਂ ਇਹਨੂੰ ਸ਼ਾਇਦ ਥੋੜ੍ਹਾ ਜਿਹਾ 'ਚ ਇੰਪਰੋਵਾਈਜ਼ ਕਰ ਸਕਦੇ ਹਾਂ। ਪਹਿਲਾਂ ਮੈਂ ਥੋੜ੍ਹਾ ਜਿਹਾ ਐਕਚੁਅਲੀ, ਆਪਾਂ ਇਹ ਤੋਂ ਪਹਿਲਾਂ ਕਿ ਆਪਾਂ ਥੋੜ੍ਹੀ ਇੰਪਰੋਵਾਈਜ਼ ਕਰਨ ਦੀ ਗੱਲ ਕਰੀਏ ਗੁਰਪ੍ਰੀਤ, ਮੈਂ ਗੱਲ ਕਰਨਾ ਚਾਹੂੰਗੀ ਕਿ ਇੰਨਾ ਪਿਆਰਾ ਕਿਉਂ ਹੈ ਸਕਰੀਨ ਟਾਈਮ, ਕਿਉਂ ਅਸੀਂ ਇੰਨੇ ਐਡਿਕਟਿਡ ਹੋ ਗਏ ਹਾਂ। ਜਿਹੜਾ ਸਕਰੀਨ ਟਾਈਮ ਆ, ਉਦੋਂ 'ਚ ਸਾਡੇ ਬ੍ਰੇਨ ਦੇ ਵਿੱਚ ਮਿਨੀਮਮ ਫੰਕਸ਼ਨ ਹੋ ਰਿਹਾ ਜੀ, ਅਸੀਂ ਜ਼ੋਂਬੀ ਬਣ ਗਏ ਹਾਂ, ਸਕਰੀਨ ਵੱਲ ਦੇਖ ਰਹੇ ਹਾਂ, ਦੇਖੀ ਜਾ ਰਹੇ ਹਾਂ, ਸਾਨੂੰ ਨਹੀਂ ਪਤਾ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਤਾਂ ਹੀ ਕਰਕੇ ਸਾਨੂੰ ਉਹਦੇ ਵੱਲ ਦੇਖਣਾ ਇੰਨਾ ਚੰਗਾ ਆ। ਸੋ ਇਹ ਜਿਹੜਾ ਸਕਰੀਨ ਟਾਈਮ ਆ, ਇਹਦੇ ਜੇ ਟੂ ਮੱਚ, ਜੇ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਬੱਚੇ ਸਕਰੀਨ ਟਾਈਮ ਕਰ ਰਹੇ ਨੇ, ਇਹਦਾ ਬਹੁਤ ਜ਼ਿਆਦਾ ਵੱਡਾ ਅਸਰ ਪੈਂਦਾ ਬੱਚਿਆਂ 'ਤੇ। ਇੱਥੋਂ ਤੱਕ ਕਿ ਤੁਹਾਡਾ ਬੱਚਾ ਸਕੂਲ ਦੇ ਵਿੱਚ ਵੀ ਯੂਨੋ ਸਟਰਗਲ ਕਰ ਸਕਦਾ ਆ, ਅਗਰ ਉਹ ਟੂ ਮੱਚ ਸਕਰੀਨ ਟਾਈਮ ਦੇਖ ਰਹੇ ਨੇ। ਸੋ ਕੋਸ਼ਿਸ਼ ਆਪਾਂ ਇਹ ਕਰੀਏ ਕਿ ਅਗਰ ਹੁਣ ਸਕਰੀਨ ਟਾਈਮ ਚੱਲ ਰਿਹਾ ਆ, ਹਾਂਜੀ ਸਾਨੂੰ ਪਤਾ ਚੱਲ ਰਿਹਾ, ਐਟਲੀਸਟ ਇਹਨੂੰ ਲਿਮਿਟਡ ਕਰ ਦਈਏ, ਹੈ ਨਾ, ਥੋੜ੍ਹਾ ਘਟਾਓ। ਇਹ ਵੀ ਮੇਕ ਸ਼ੋਰ ਕਰੋ ਕਿ ਸਾਡਾ ਬੱਚਾ ਹੁਣ ਇਹ ਤਾਂ ਨਹੀਂ ਕਿ ਕੁਛ ਹੋਰ ਕਰਨਾ ਹੀ ਨਹੀਂ ਚਾਹੁੰਦਾ, ਅਤੇ ਉਹ ਤੋਂ ਹੋਰ ਐਕਸਾਈਟਿੰਗ ਚੀਜ਼ਾਂ ਅਸੀਂ ਕੀ ਕਰ ਸਕਦੇ ਹਾਂ,
है ना, बच्चों नू बाहर लैके जाओ, है ना, बहुत सारे इनडोर जिमनेजियम हैगे ने, हुण अपना वैदर वधिया हो रहा उहदा है ना आपां फायदा चुकीए। तो सब तो पहली गल थानू की लगता गुरप्रीत, 3 साल तो छोटे बच्चों के लिए की रेकमेंडेड स्क्रीन टाइम होगा? रीसेंट रिसर्च जी मैं अपने प्रोग्राम च भी सांझी की थी, कहते आई थिंक 0 to 3 years तक उन्होंने लिखा कि 0 स्क्रीन टाइम उन्होंने होना ही नहीं चाहिए। बिल्कुल बिल्कुल नहीं होना चाहिए, करते हैं टाइम। बिल्कुल जी, असं आप ला के दें कि बच्चे कोको मेलन तो सीखने को मिल रहा है, व्हील्स ऑन द बस गो राउंड 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 शेप्स सीख रहे हैं, वो नंबर सीख रहे सन, एज अ पेरेंट असं सोचते सीखते पे आ, वट यू से सीखते आ बच्चे सीखते आ, बट हूँ असी इको तरह का स्किल तो नहीं हैगा, है ना। तो थोड़ा बच्चा सीख रहा कि जोड़े व्हील ने बस के उत्ते जी वो राउंड एंड राउंड जाते हैं, तो नैक्सट डे हूँ असं उन्होंने हर रोज़ ही सिखा व्हील्स ऑन द बस गो राउंड एंड राउंड, वट्स नैक्सट, है ना। जो असं एक बच्चे वाल देखते हाँ, एज एन ई सी ई मैं 6 areas वाल फोकस करती हाँ जी। एक बच्चा सोशल इमोशनल स्किल्स से किमें करता है, वो जोड़ा हैगा आ वो कोगनेटिव एबिलिटीज़ कह दें, कोई भी चीज़ जी अपने दिमाग न रिलेटिड आ कोगनेटिव एबिलिटीज़। फाइन मोटर स्किल्स हो गए गुरप्रीत, सानू पेंसिल फड़नी आँदी है, मेरे बच्चे नू स्पून फड़ना आँदा, आई हैंड कोऑर्डिनेशन हो गया, स्पून मुँह तक लैके जा सकता है, मेरा बच्चा जंप कर सकता दोनों पैरों पर, एक बॉल नू लोअर हैंड ते अपर हैंड दे नाल कैच कर सकता है, वो ग्रोस मोटर स्किल्स हो गए। मेरे बच्चे की लैंग्वेज किदा आ, हाँ जी वो कंट्रीब्यूटिंग फैक्टर्स है, बट वो जे एक चीज़ तो सीख रहा बाकी 5 चीज़ों का की हो रहा है ना। Yeah. असी अगर एक चीज़ के उत्ते मेरा बच्चा दिन के 8 घंटे स्क्रीन टाइम देख रहा है, दैन इट शुड बी कंसर्निंग, उद्दे लिमिट होनी चाहिए आ। आप कोशिश करिए, एक सब तो वड्डा गिल्ट फैक्टर मैं देखा आ, आपां नूं लगता है कि सानू साडे बच्चों ऑल द टाइम एंटरटेन करना पैना, इत्थे स्क्रीन टाइम का बहुत वड्डा फैक्टर आ। साडे बच्चों ऑल द टाइम एंटरटेन करन दी लोड़ नहीं है, जे साडा बच्चा कदे चुप बैठा है ना, इट्स गुड फॉर दम, वो इंटरनलाइज कर रहा है, वो देख रहा है, वो किसी इमेजिनेशन दे विच बिजी आ, है ना। उन्हूं गिल्टी फील ना करो, वो भी एक पार्ट आ लर्निंग दा, है ना। तो ये ना करो कि हाँ जी असी उन्हूं हमेशा वो गल करनी है, सो उत्थे आपां स्क्रीन टाइम लैके आने हैं। जो असी गिल्टी फील करते हैं कि साडा बच्चा कल्ला खेल रहा जी, या साडा बच्चा कल्ला पिया आ, है ना। तो हुण मान लो कि अगर साढ़ा जो 3 to 6 साल की उम्र तक अकॉर्डिंग टू अस जो मैं रीसेंट है ना स्टडीज पढ़ी सी 30 minutes कहते हैं, बट अपन पता है कि साडा बच्चा 2-3 घंटे देखता है दिन के विच। हुण एक तो असं कोशिश करिए कि साडा पेरेंटल कंट्रोल लग्या होवे उत्ते गुरप्रीत, ताकि सानू पता है कि साडा बच्चा की देख रहा है। तो इंस्टैड ऑफ ओनली कार्टून्स वॉच करन नालों कोई लर्निंग गेम्स भी डाउनलोड करके दे सकते हो, है ना, जिस चीज़ मेरा बच्चा आई हैंड कोऑर्डिनेशन भी प्रैक्टिस करे, जिस चो कलर भी प्रैक्टिस कर सके, है ना। क्योंकि हुण असीं डिफरेंट एरियाज़ दे उत्ते काम कर रहे हां, ते उहनूं लिमिट करो। ते हुण जदों ही थोनूं अपॉर्चुनिटी मिलती है कि यार हुण इह सारा कुछ काम छड के मैं अपने बच्चे दे नाल किसी होर चीज़ ते भी फोकस कर सकदा, ओह भी करन दी कोशिश करो। जिवें मैं गल कीती रोटियां बना रहे हो, शायद अपने बच्चे नूं थोड़ा जिहा आटा दे दिओ खेडण वास्ते, झाड़ू ला रहे हो इक झाड़ू उहनूं भी फड़ा दो, असीं उहनूं हैवी वर्क कहिंदे आ, बच्चे बहुत एक्सेल करदे आ, उहनां नूं लिटरली कुछ हैवी चाहीदा हैगा, है ना। जे तुसीं भांडे धो रहे हो उहनां नूं कोई प्लेटां फड़ा दिओ साफ करन नूं, तुहाडे बच्चे बहुत इंट्रस्टिड रहणगे, शायद अपना काम थोड़ा वध जूगा या मैसी होगा, बट साढ़े बच्चे तो सीख रहे ना वो तो। बिल्कुल ठीक है, और यही जरूरी भी है। असी बहुत बार सोचते हैं कि बच्चों हले काम सिखाने की कम च पाने की लड़ नहीं, भावें वह प्लेफुल तरीके दे नाल ही तुहाडी सफाई नहीं होनी उन्होंने, जो तुसी नकली डायसन फड़ा दूंगे तो। बिल्कुल जी बिल्कुल, बट नहीं असली झाड़ू फड़ाओ, ते लिटरली असली पोचा फड़ा दियो, ते फिर की है जे थोड़ा जा गिल्ला हो जाऊगा ज्यादा, है ना, बाद च आपां सुखा सकदे आ, उहनां नूं पता चलदा पिया सफाइयां किवें करनी है। हां जी बिल्कुल, ते उहदे विच ओह बच्चे दा इंटरस्ट भी बहुत ज्यादा हुंदा आ, तुसीं कदे नोट करियो, ते हुण ते छोटे छोटे पोचे झाड़ू मिलदे आ जी वॉलमार्ट तों, थोड़ी हेल्प भी करनगे बच्चे। यस दैट्स ट्रू। जस किरण परवीन होणा दा कहना है कि वेरी इंपॉर्टेंट है कि बच्चों अपने आप लई स्टैंड लैण लई भी प्रिपेयर करो, उहनां नूं स्ट्रोंग बनाओ, और किते इंटीमिडेटेड ना फील करन। स्कूल्स दी जिम्मेवारी कहिंदे बहुत वड्डी आ, बुलिंग होंदी है तो रिपोर्ट करना जरूरी, और उल्टा स्कूल वालों बच्चे नूं कल्प्रिट नहीं बना देना चाहिए। सो इनू समझण वास्ते अपने बच्चे दियां स्ट्रेंथ्स एंड वीकनेसेस नूं भी जानना जरूरी। बिल्कुल जी, इन्होंने बिल्कुल सही किया, ते ताही आपां जिहड़ी उह स्ट्रोंग फाउंडेशन दी गल कर रहे हैं जी गुरप्रीत, उन्होंने प्रवीण ने बिल्कुल सही किया, अगर थोड़े बच्चे नूं कोई हर्ट कर रहा है तो असीं उन्हां नूं सिखाउणा कि तुसीं अपना हाथ बाहर कढ के जोर नाल कहना स्टॉप स्टॉप,
ਉਹਨਾਂ ਨੂੰ ਖੁਦ ਲਈ ਸਟੈਂਡ ਕਰਨਾ ਸਿਖਾਓ ਛੋਟੀ ਉਮਰ ਤੋਂ, ਤਾਂ ਕਿ ਉਹ ਬੁਲਿੰਗ ਦਾ ਸ਼ਿਕਾਰ ਨਾ ਬਣਨ। ਅਤੇ ਆਪਾਂ ਉਹਨਾਂ ਨੂੰ ਇਹ ਵੀ ਸਿਖਾ ਸਕਦੇ ਹਾਂ ਜਿਵੇਂ ਯੂਨੋ ਪ੍ਰਵੀਨ ਨੇ ਕਿਹਾ, ਖੁਦ ਲਈ ਸਟੈਂਡ ਕਰੋ। ਅਗੈਨ ਆਪਾਂ ਬੈਕ ਟੂ ਸਕੁਆਇਰ ਵਨ ਜਾ ਸਕਦੇ ਹਾਂ, ਤੁਸੀਂ ਕੀ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਹਾਰਮ ਕਰਨਾ ਚਾਹੁੰਦਾ, ਤੁਸੀਂ ਉਸ ਸਥਿਤੀ 'ਚ ਕੀ ਕਰ ਸਕਦੇ ਹੋ? ਤੁਸੀਂ ਵਾਕ ਅਵੇ ਕਰ ਸਕਦੇ ਹੋ, ਤੁਸੀਂ ਕਿਸੇ ਐਡਲਟ ਦੀ ਜਾ ਕੇ ਹੈਲਪ ਲੈ ਸਕਦੇ ਹੋ। ਖੁਦ ਲਈ ਸਟੈਂਡ ਅਪ ਕਰਨਾ ਬਹੁਤ ਜ਼ਰੂਰੀ ਆ। ਅਗਰ ਤੁਹਾਡੇ ਬੱਚੇ ਨੂੰ ਕੋਈ ਹੋਰ ਟਰੱਸਟ ਨਹੀਂ ਕਰ ਰਿਹਾ ਨਾ ਗੁਰਪ੍ਰੀਤ, ਤੁਹਾਨੂੰ ਉਹਨਾਂ ਨੂੰ ਟਰੱਸਟ ਕਰਨਾ ਬਹੁਤ ਜ਼ਰੂਰੀ ਆ। ਬਿਲਕੁਲ ਠੀਕ ਹੈ। ਖਾਨ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਆਪਣੇ ਬੱਚੇ ਨੂੰ ਹਮੇਸ਼ਾ ਹੀ ਸੱਚ ਬੋਲਣਾ ਸਿਖਾਇਆ, ਅਤੇ ਕਹਿੰਦੇ ਇੱਦਾਂ ਸਕੂਲ ਦੇ ਵਿੱਚ ਕੁਛ ਐਕਸਪੀਰੀਅੰਸਿਸ ਉਹਨਾਂ ਦੇ ਨਾਲ ਹੋਏ ਜਿਹਦੇ ਕਰਕੇ ਉਹਨੂੰ ਬਲੈਕ ਸ਼ੀਪ ਕੰਸਿਡਰ ਕੀਤਾ ਜਾਣਾ ਔਰ ਉਹਦੇ 'ਤੇ ਹੀ ਹਮੇਸ਼ਾ ਉਂਗਲੀ ਚੁੱਕਿਆ ਜਾਣਾ। ਕਿਡਸ ਆਰ ਨੋਟ ਵੈਨ ਟ੍ਰੀਟਿਡ ਈਕੁਅਲੀ ਇਨ ਸਕੂਲਸ ਔਰ ਡੇਕਰਸ, ਤਾਂ ਕਿਤੇ ਨਾ ਕਿਤੇ ਉਹ ਆਊਟਸਾਈਡ ਵਰਲਡ ਨੂੰ ਕਰੂਅਲ ਸਮਝਣ ਲੱਗ ਜਾਂਦੇ ਆ। ਇਹਦੇ ਬਾਰੇ ਤੁਹਾਡੇ ਕਮੈਂਟਸ? ਅਸੀਂ ਆਪਣਾ ਆਲਾ ਦੁਆਲਾ ਨਹੀਂ ਬਦਲ ਸਕਦੇ, ਪਰ ਅਸੀਂ ਖੁਦ ਨੂੰ ਬਦਲ ਸਕਦੇ ਹਾਂ ਗੁਰਪ੍ਰੀਤ। ਜਦੋਂ ਸਾਡੇ ਬੱਚੇ ਦੇਖਣਗੇ ਕਿ ਮੇਰੇ ਪੇਰੈਂਟਸ ਮੈਨੂੰ ਬੈਕਅਪ ਕਰਦੇ ਆ, ਹੁਣ ਉਹਦੇ ਲਈ ਉਹ ਸਿਚੁਏਸ਼ਨ ਦੀ ਡੀਟੇਲਸ ਕੀ ਨੇ, ਕੀ ਹੈ ਨਾ ਉਹਦੀਆਂ ਇੰਟੈਂਸਿਟੀਜ਼ ਨੇ, ਕਿੰਨੀ ਵਾਰ ਕੀ ਹੁੰਦਾ ਆ, ਤੁਸੀਂ ਆਪਣੇ ਬੱਚੇ ਲਈ ਉੱਥੇ ਸੀਗੇ ਜਾਂ ਨਹੀਂ। ਹੁਣ ਅਗਰ ਤੁਹਾਡਾ ਬੱਚਾ ਯੂਨੋ, ਇਹ ਕਮੈਂਟਸ ਬਹੁਤ ਹਰਟਫੁਲ ਹੋ ਸਕਦੇ ਆ ਜਦੋਂ ਤੁਹਾਡੇ ਬੱਚੇ ਨੂੰ ਬਲੈਕ ਸ਼ੀਪ ਕਿਹਾ ਜਾ ਰਿਹਾ ਜਾਂ ਉਹਨਾਂ ਨੂੰ ਨੈਗੇਟਿਵਲੀ ਦੇਖਿਆ ਜਾ ਰਿਹਾ ਆ, ਇਹਦੇ ਵਾਸਤੇ ਵੀ ਸਪੋਰਟ ਅਵੇਲੇਬਲ ਹੈਗੀ ਆ, ਹੈ ਨਾ। ਲਾਈਕ ਤੁਹਾਡੇ ਬੈਨੀਫਿਟਸ 'ਚ ਕਵਰ ਹੁੰਦਾ ਆ, ਤੁਸੀਂ ਆਪਣੇ ਡਾਕਟਰ ਦੇ ਥਰੂ ਇੱਕ ਚਾਈਲਡ ਸਾਈਕੋਲੋਜਿਸਟ ਨੂੰ ਵੀ ਦੇਖ ਸਕਦੇ ਹੋ। ਕਈ ਵਾਰ ਬੱਚੇ ਨੂੰ ਵੈਂਟ ਆਊਟ ਕਰਨ ਦੀ ਲੋੜ ਹੁੰਦੀ ਆ, ਉਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਕਿ ਮੈਂ ਇਸ ਸਥਿਤੀ 'ਚ ਫੀਲ ਕੀ ਕਰ ਰਿਹਾ, ਕਿ ਮੈਂ ਸਹੀ ਕਰ ਰਿਹਾ। ਇਹ ਆਪਣੇ ਬੱਚੇ ਦਾ ਹਮੇਸ਼ਾ ਸਾਥ ਦਿਓ, ਉਹਨਾਂ ਦੀ ਗੱਲ ਸੁਣੋ, ਅਤੇ ਜੇ ਤੁਹਾਨੂੰ ਲੱਗਦਾ ਆ ਕਿ ਉੱਥੇ ਇੰਟਰਵੈਂਸ਼ਨ ਦੀ ਲੋੜ ਆ, ਕਿਉਂਕਿ ਹੁਣ ਉਹਨਾਂ 'ਤੇ ਇੰਪੈਕਟ ਹੋਣ ਲੱਗ ਗਿਆ। ਇੱਕ ਹੁੰਦਾ ਜੀ ਗੁੱਡ ਸਟ੍ਰੈਸ, ਇੱਕ ਹੁੰਦਾ ਬੈਡ ਸਟ੍ਰੈਸ। ਜਿਹੜਾ ਗੁੱਡ ਸਟ੍ਰੈਸ ਆ ਉਹ ਟੈਂਪਰੇਰੀ ਰਹਿੰਦਾ ਆ, ਤੁਹਾਡਾ ਬੱਚਾ ਸਟ੍ਰੈਸ 'ਚ ਰਹੂਗਾ, ਸ਼ਾਇਦ ਉਹਨਾਂ ਦਾ ਐਪੀਟਾਈਟ ਚਲਿਆ ਜਾਏ, ਬਟ ਹੁਣ ਅਗਰ ਇਹ ਲੌਂਗ ਟਰਮ ਹੋ ਗਿਆ ਆ, ਤੁਹਾਡੇ ਬੱਚੇ ਨੂੰ ਹੈਲਪ ਦੀ ਲੋੜ ਆ। ਠੀਕ ਹੈ, ਠੀਕ ਹੈ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਬਟ ਨਹੀਂ, ਉਹਨਾਂ ਦੀ ਡੈਫੀਨੇਟਲੀ ਸਪੋਰਟ ਕਰੋ, ਸੱਚ ਬੋਲਣਾ ਸਿਖਾਓ, ਉਹਨਾਂ ਦੇ ਨਾਲ ਖੜੇ ਹੋਵੋ, ਉਹਨਾਂ ਨੂੰ ਇਹ ਦੱਸੋ ਕਿ ਜਿਹੜੀਆਂ ਚੀਜ਼ਾਂ ਸਹੀ ਹੁੰਦੀਆਂ ਨੇ ਉਹ ਕਰਨੀਆਂ ਆਸਾਨ ਨਹੀਂ ਹੁੰਦੀਆਂ ਜੀ। ਠੀਕ ਹੈ। ਅਤੇ ਤੁਹਾਡੇ ਵਾਸਤੇ ਇਹ ਵੀ ਸਵਾਲ ਹੈ ਕਿ ਜੇ ਅਸੀਂ ਬੱਚੇ ਨੂੰ ਛੋਟੀ ਉਮਰ ਤੋਂ ਹੀ ਸਿਖਾਉਣਾ ਚਾਹੁੰਦੇ ਹਾਂ ਕਿ ਉਹ ਇੱਕ ਚੰਗਾ ਸਿੰਗਰ ਬਣ ਜਾਣ ਜਾਂ ਸਪੋਰਟਸ ਪਰਸਨ ਬਣ ਜਾਣ, ਤਾਂ ਕਿਹੜੀ ਏਜ ਤੋਂ ਸਟਾਰਟ ਕੀਤਾ ਜਾਵੇ ਟ੍ਰੇਨਿੰਗ? ਗੁਰਪ੍ਰੀਤ, ਇਹ ਬੜਾ ਟ੍ਰਿਕੀ ਕੁਐਸਚਨ ਹੈਗਾ ਆ। ਅਗਰ ਤੁਹਾਡੇ ਬੱਚੇ ਦੀ ਦਿਲਚਸਪੀ ਹੈ ਕਿ ਉਹ ਸਿੰਗਰ ਬਣਨਾ ਚਾਹੁੰਦੇ ਨੇ ਜਾਂ ਸਪੋਰਟਸ ਪਰਸਨ ਬਣਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਜਿਹੜੀ ਉਮਰ ਤੋਂ ਉਹਨਾਂ ਨੇ ਇੰਟਰਸਟ ਸ਼ੋਅ ਕਰਤਾ, ਹੈ ਨਾ, ਹੁਣ ਉਰੇ ਕੋਚਿੰਗ ਅਵੇਲੇਬਲ ਹੈਗੀ ਆ, ਤੁਸੀਂ ਰਾਈਟ ਵੇ ਕਰ ਸਕਦੇ ਹੋ ਅਗਰ ਤੁਹਾਡਾ ਬੱਚਾ ਸਵਿਮਿੰਗ 'ਚ ਆ, ਹੈ ਨਾ, ਹੁਣ ਡਿਫਰੈਂਟ ਸੈਸ਼ਨ ਹੈਗੇ ਆ। ਬਟ ਅਗਰ ਇਹ ਉਹਨਾਂ ਦਾ ਇੰਟਰਸਟ ਨਹੀਂ ਹੈਗਾ, ਉਹਨਾਂ ਦਾ ਪੈਸ਼ਨ ਨਹੀਂ ਹੈਗਾ, ਫਿਰ ਆਈ ਵੁੱਡ ਸੇ ਕਿ ਸਾਨੂੰ ਫਾਇੰਡ ਆਊਟ ਕਰਨ ਦੀ ਲੋੜ ਹੈ ਕਿ ਉਹ ਕੀ ਕਰਨਾ ਚਾਹੁੰਦੇ ਨੇ, ਕਿਉਂਕਿ ਉਹਦੇ 'ਚ ਫਿਰ ਸਾਡੇ ਜਿਹੜੇ ਐਫਰਟਸ ਨੇ ਉਹ ਬਹੁਤ ਮਿਨੀਮਲ ਹੋਣਗੇ, ਕਿਉਂਕਿ ਸਾਡਾ ਬੱਚਾ ਉਹਦੇ 'ਚ ਆਲਰੇਡੀ ਇੰਟਰਸਟਿਡ ਹੈਗਾ। ਰਾਈਟ। ਸੋ ਇਨ ਦੀ ਐਂਡ, ਜਸਕਿਰਨ, ਤੁਸੀਂ ਸਪੋਰਟ ਦੇ ਬਾਰੇ ਕੁਛ ਦੱਸਣਾ ਚਾਹੋਗੇ? ਅਰਲੀ ਇੰਟਰਵੈਂਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਅਰਲੀ ਇੰਟਰਵੈਂਸ਼ਨ ਕੀ ਹੈ ਜੀ? ਸਾਡੇ ਬੱਚੇ ਨੇ ਉਹ ਗਰੋ ਕਰਦੇ ਆ, 3 ਸਾਲ ਤੱਕ ਦੀ ਉਮਰ ਤੱਕ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਕੀ ਸਾਡੇ ਬੱਚੇ ਨੂੰ ਬਾਹਰੋਂ ਕਿਸੇ ਮਦਦ ਦੀ ਲੋੜ ਹੈ। ਆਪਾਂ ਸਪੀਚ ਦੀ ਗੱਲ ਕਰ ਰਹੇ ਸੀ, ਹੈ ਨਾ, ਬਹੁਤ ਸਾਰੇ ਬੱਚੇ ਵਰਡਸ ਬਣਾ ਕੇ, ਹੈ ਨਾ, ਵਰਡਸ ਜੋੜ ਕੇ ਸੈਂਟੈਂਸਿਸ ਬਣਾ ਰਹੇ ਨੇ ਕਿ ਮੇਰਾ ਬੱਚਾ ਹਜੇ ਸਾਊਂਡਸ 'ਤੇ ਹੀ ਆ, 3 ਸਾਲ ਦਾ ਆ, ਕਿ ਹਜੇ ਸਿਰਫ ਮੰਮਾ ਬਾਬਾ ਜਾਂ ਕੁਛ ਸਾਊਂਡਸ ਕਰਦਾ, ਦੈਨ ਉਹ ਕੰਸਰਨਿੰਗ ਆ, ਹੈ ਨਾ, ਆਪਣੇ ਡਾਕਟਰ ਨੂੰ ਜਾਓ, ਉਹਨਾਂ ਨੂੰ ਮਿਲੋ। ਅਗਰ ਬੱਚਾ ਤੁਹਾਡਾ ਡੇ ਕੇਅਰ ਜਾਂਦਾ ਆ, ਤਾਂ ਤੁਸੀਂ ਇਹ ਜਿਹੜੀ ਹੈਲਪ ਹੈਗੀ ਆ, 2 ਤਰ੍ਹਾਂ ਨਾਲ ਐਕਸੈਸ ਕਰ ਸਕਦੇ ਹੋ ਤੁਸੀਂ। ਇੱਕ ਤਾਂ ਹੁੰਦਾ ਤੁਸੀਂ ਆਪਣੇ ਡੇ ਕੇਅਰ ਕੋਲ ਜਾਓ, ਉਹਨਾਂ ਨਾਲ ਗੱਲ ਕਰੋ ਕਿ ਤੁਹਾਨੂੰ ਕੰਸਰਨਸ ਨੇ, ਅਤੇ ਉਹ ਉਹਨਾਂ ਕੋਲ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਨੇ, ਅਸੀਂ ਉਹਨਾਂ ਪ੍ਰੋਗਰਾਮਸ ਨਾਲ ਤੁਹਾਨੂੰ ਸਕਰੀਨਿੰਗ ਕੰਸੈਂਟ ਲੈ ਕੇ, ਹੈ ਨਾ, ਬੱਚੇ ਦਾ ਉਹ ਹੈਲਪ ਅਵੇਲੇਬਲ ਹੁੰਦੀ ਆ, ਜਿੱਥੇ ਉਹਨਾਂ ਦੀ ਨੀਡ ਦੇ ਮੁਤਾਬਿਕ ਇੱਕ ਸਪੀਚ ਥੈਰੇਪਿਸਟ ਆ ਕੇ ਉਹਨਾਂ ਨਾਲ ਕੰਮ ਕਰ ਸਕਦਾ ਆ, ਓਕੂਪੇਸ਼ਨਲ ਥੈਰੇਪਿਸਟ, ਚਾਈਲਡ ਸਾਈਕੋਲੋਜਿਸਟ। ਅਗਰ ਤੁਸੀਂ ਡੇ ਕੇਅਰ ਨਹੀਂ ਜਾਂਦੇ, ਤਾਂ ਅਗਰ ਤੁਸੀਂ ਪ੍ਰੀ ਸਕੂਲ ਵੀ ਜਾਂਦੇ ਹੋ ਸਿਰਫ 3 ਘੰਟੇ ਵਾਲੇ ਪ੍ਰੋਗਰਾਮ ਦੇ ਵਿੱਚ, ਤਾਂ ਵੀ ਤੁਸੀਂ ਇਹ ਹੈਲਪ ਲਈ ਐਲੀਜੀਬਲ ਹੋ। ਅਗਰ ਤੁਸੀਂ ਕਿਤੇ ਵੀ ਨਹੀਂ ਜਾਂਦੇ, ਫਿਰ ਵੀ ਅਲਬਰਟਾ ਹੈਲਥ ਦੇ ਥਰੂ ਬਹੁਤ ਸਾਰੇ ਰਿਸੋਰਸਿਸ ਅਵੇਲੇਬਲ ਨੇ, ਅਤੇ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਕੁਇਕਲੀ ਐਕਟ ਕਰੀਏ, ਕਿਉਂਕਿ 3 ਸਾਲ ਤੋਂ 6 ਸਾਲ ਦੀ ਉਮਰ 'ਚ ਜਿਹੜੀ ਥੈਰੇਪੀ ਮਿਲਣੀ ਆ, ਉਹ ਆਪਾਂ ਰਹਿੰਦੀ ਉਮਰ ਤੱਕ ਉਹਦੀ ਭਰਪਾਈ ਨਹੀਂ ਕਰ ਸਕਦੇ ਜੋ ਮਿਸ ਆਊਟ ਹੋਗੀ। ਸੋ ਜ਼ਰੂਰੀ ਹੈ ਕਿ ਅਗਰ ਸਾਨੂੰ ਕੋਈ ਕੰਸਰਨਸ ਨੇ, ਤਾਂ ਅਸੀਂ ਆਪਣੇ ਡਾਕਟਰ ਦੇ ਨਾਲ ਜਾ ਕੇ ਗੱਲ ਕਰੀਏ, ਅਤੇ ਅਗਰ ਤੁਹਾਨੂੰ ਨਹੀਂ ਹੈਗਾ, ਤਾਂ ਤੁਸੀਂ ਅਲਬਰਟਾ ਹੈਲਥ ਦੀ ਵੈਬਸਾਈਟ 'ਤੇ ਵੀ ਜਾ ਕੇ ਇਹ ਸਾਰਾ ਕੁਛ ਐਕਸੈਸ ਕਰ ਸਕਦੇ ਹੋ। ਰਾਈਟ, ਥੈਂਕ ਯੂ ਸੋ ਮਚ ਫੋਰ ਦਿਸ ਬਿਊਟੀਫੁਲ ਇਨਫੋਰਮੇਸ਼ਨ ਜਸਕਿਰਨ, ਅਤੇ ਸਾਡੇ ਨਾਲ ਸ਼ਾਮਿਲ ਹੋਏ, ਥੈਂਕ ਯੂ।
थैंक यू सो मच गुरप्रीत।